ਸ਼ਬਦ ਭਾਈ ਸਾਹਿਬ ਜੀ ਪੜ੍ਹਦੇ ਗਏ ਸਤਿਗੁਰੂ ਕੀ ਸੇਵਾ ਜੇ ਕੋ ਕਰੇ। ਅਸੀਂ ਸੇਵਾ ਕਰਕੇ ਇੱਕ ਸ਼ਬਦ ਨੂੰ ਛੇਤੀ ਪਕੜਦੇ ਹਾਂ। ਦੱਸੋਗੇ ਸਫਲ ਸਫਲ ਵੀ ਸਾਡੇ ਜੋੜੇ ਜਾੜੇ ਹੋਏ ਸਫਲ ਹੋ ਜਾਣਾ। ਸ਼ਾਬਾਸ਼।
ਪਤਾ ਲੱਗ ਗਿਆ ਜੀ ਜਿਹੜੀ ਮੈਂ ਸੇਵਾ ਕਰਾਂ ਉਹ ਗੁਰੂ ਦੇ ਘਰ 'ਚ ਸਫਲ ਹੋ ਜਾਏ। ਮਗਰ ਜਿਹੜਾ ਸ਼ਬਦ ਦਾ ਅਗਲਾ ਹਿੱਸਾ ਹੈ, ਜੇ ਕੋ ਕਰੇ ਉੱਥੇ ਫੋਕਸ ਨਹੀਂ ਕਰਦੇ। ਅਸੀਂ ਸਫਲ ਨੂੰ ਸ਼ਬਦ ਵਿੱਚ ਵੀ ਤਰਤੀਬ ਪਹਿਲੋਂ ਦਿੱਤੀ ਹੈ, ਗੁਰਚਰਨ ਸਿੰਘ ਭੱਜਿਆ ਨਾ ਕਰ, ਮੇਰੇ ਨੇਤਰਾਂ 'ਚ ਰਿਹਾ ਕਰ, ਇੰਨਾ ਪਿਆਰਾ ਸਿੱਖ ਹੈ ਗੁਰੂ ਦਾ। ਜਦੋਂ ਮੈਂ ਤੇਰੇ 'ਤੇ ਨਿਗਾਹ ਮਾਰਦਾ ਭੱਜ ਜਾਂਦੇ ਹੋ, ਭੱਜੋ ਨਾ, ਆਖੋ ਵਾਹਿਗੁਰੂ। ਸ਼ਬਦ ਵਿੱਚ ਵੀ ਸਫਲ ਨੂੰ ਪਹਿਲੋਂ ਤਰਜੀਹ ਦਿੱਤੀ ਵੀ ਤੂੰ ਘਬਰਾਈ ਨਾ, ਤੂੰ ਇਹ ਚੇਤਾ ਰੱਖੀ ਵੀ ਗੁਰੂ ਦੀ ਸੇਵਾ ਅਸਫਲ ਕਦੀ ਹੁੰਦੀ ਨਹੀਂ, ਤਾਂ ਕਿ ਸੇਵ ਨਾ ਬਿਰਥੀ ਜਾਸੀ। ਭਰੋਸਾ ਪਹਿਲੋਂ ਦਿੱਤਾ, ਤੂੰ ਕਰੀ ਡਰੀ ਨਾ ਵੀ ਉੱਥੇ ਝਾੜੇ ਹੋਏ ਜੋੜੇ ਕਦੀ ਵਿਅਰਥ ਜਾਂਦੇ ਆ। ਆਖੋ ਵਾਹਿਗੁਰੂ, ਪਕੜਿਆ ਜੀ, ਇੱਥੇ ਝਾੜੇ ਹੋਏ ਜੋੜੇ ਕਦੀ ਨਾ 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 ਨਾ, ਪ੍ਰਭ ਤਿਨਕਾ ਕਾਲਿਆ ਇੱਕ ਤਿਲ ਨਾ ਗਵਾਈ। ਇੱਕ ਤੀਲਾ ਚੁੱਕ ਕੇ ਨਾ ਗੁਰਦੁਆਰੇ 'ਚੋਂ ਤੀਲਾ ਸੰਗਤ ਦੇ ਪੈਰਾਂ 'ਚ ਪਿਆ ਹੋਵੇ, ਸੰਗਤ ਦੀਆਂ ਅੱਖਾਂ 'ਚ ਰੜਕਦਾ ਹੋਵੇ, ਹਾਜ਼ਰ ਹੋ ਨਾ ਸੰਗਤ ਦੀਆਂ, ਉਹ ਮਤਲਬ ਕਿਸ ਤਰ੍ਹਾਂ, ਉਹਦਾ ਕੀ ਮਤਲਬ ਵੀ ਰਾਹ 'ਚ ਤੀਲਾ ਪਿਆ ਹੈ ਅਤੇ ਹਰ ਵੇਖਣ ਵਾਲੇ ਨੇ ਆਖਿਆ ਗੁਰੂ ਦੀ ਹਜ਼ੂਰੀ ਦੇ ਵਿੱਚ ਇਹ ਤੀਲਾ ਕਿੱਥੋਂ ਆ ਗਿਆ, ਮਗਰ ਕਿਸੇ ਨੇ ਚੁੱਕਿਆ ਨਹੀਂ। ਆਖੋ ਵਾਹਿਗੁਰੂ, ਜਿਹਨੇ ਉਹ ਤੀਲਾ ਵੀ ਚੁੱਕ ਕੇ ਡਸਟਬਿਨ 'ਚ ਪਾ ਦਿੱਤਾ, ਉਹਨੇ ਉਹ ਵੀ ਲਿਖਿਆ, ਉਹਨੇ ਉਹ ਵੀ ਲਿਖਿਆ, ਤੂੰ ਘਬਰਾ ਨਾ, ਪ੍ਰਭ ਤਿਨਕਾ ਕਾਲਿਆ। ਇੱਕ ਵਾਰ ਵਿਸ਼ਵਾਸ ਆਪਣੇ ਆਪ ਨੂੰ ਦੇਣ ਨੂੰ ਬੋਲੋ ਅਤੇ ਕੰਨਾਂ ਤੋਂ ਸੁਣੋ, ਆਖੋ ਵਾਹਿਗੁਰੂ, ਪ੍ਰਭ ਤਿਨਕਾ ਕਾਲਿਆ, ਕਾਲਿਆ ਨਹੀਂ ਕਾਲਿਆ, ਕਾਲਣਾ। ਇੱਕ ਤਿਲ ਨਾ ਗਵਾਈ, ਇੱਕ ਤਿਲ ਜਿੰਨੀ ਵੀ ਸੇਵਾ ਕੋ ਕਰਦਾ ਨਾ ਗੁਰੂ ਨਾਨਕ ਦੇ ਘਰ 'ਚ, ਅਤੇ ਰੱਬ ਗਵਾਉਂਦਾ ਨਹੀਂ। ਭਾਈ ਸਾਹਿਬ ਜੀ ਪੜ੍ਹਦੇ ਸੀ, ਭੈਣ ਪਿੱਛੇ ਕਿਉਂ ਬਹਿ ਗਈ ਅੱਜ ਅੱਗੇ, ਭਾਈ ਸਾਹਿਬ ਜੀ ਪੜ੍ਹਦੇ ਸੀ ਵੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ। ਚਿੱਤ ਲਾਉਣ ਦਾ ਜਿਹੜਾ ਫੋਕਸ ਕਰਨਾ ਸੀ ਨਾ, ਉਹ ਨਹੀਂ। ਹੁਣ ਚਿੱਤ ਇੱਕ ਜਗ੍ਹਾ ਟਿਕਦਾ ਨਹੀਂ, ਚੰਚਲ ਚੀਤ ਹਾਏ ਹਾਏ ਸ਼ਾਬਾ ਆਉਂਦੀ ਸੀ ਤੂੰ ਬੋਲੀ ਖਾਲਸਾ ਜੀ, ਚੰਚਲ ਚੀਤ ਕੀ ਦੱਸਿਆ ਗੁਰੂ ਸਾਹਿਬ ਨੇ, ਕੀ ਖਬਰ ਦਿੱਤੀ, ਭਾਵੇਂ ਤੂੰ ਸੇਵਾ ਕਰ ਰਿਹਾ, ਭਾਵੇਂ ਤੂੰ ਬਾਣੀ ਪੜ੍ਹ ਰਿਹਾ, ਵੇਖ ਇੱਕ ਤੇਰੇ ਅੰਦਰ ਚੀਜ਼ ਹੈ ਜਿਹਨੂੰ ਕਹਿੰਦੇ ਚੀਤ, ਉਹ ਚੰਚਲ ਬੜਾ, ਤੁਸੀਂ ਝਾਤੀ ਮਾਰ ਲਓ ਨਾ ਆਪਣੇ 'ਤੇ, ਫੋ ਕੈਮਰਾ ਮਾਰੋ, ਕਦੀ ਟਿਕਦਾ। ਆਖੋ ਵਾਹਿਗੁਰੂ, ਵੇਖੋ ਇੱਕ ਘੰਟੇ ਦੇ ਵਿੱਚ ਟਾਈਮ ਛੇਤੀ ਭੱਜ ਜਾਂਦਾ, ਮੇਰੀਆਂ ਧੀਆਂ ਧਿਆਨ ਦਿਓ, ਜੋੜੇ ਝਾੜਦਾ ਏ, ਲੰਗਰ ਵਰਤਾਉਂਦਾ ਏ, ਲੰਗਰ ਪਕਾਉਂਦਾ ਏ, ਹੱਥ ਹਾਜ਼ਰ ਨੇ ਜਿਹੜੇ ਲੰਗਰ ਵਰਤਾ ਰਹੇ, ਹੱਥ ਹਾਜ਼ਰ ਨੇ ਜਿਹੜੇ ਜੋੜੇ ਝਾੜ ਰਹੇ, ਮਗਰ ਚਿੱਤ
ਫਜਾ ਹੀ ਫਿਰਦਾ। ਅਤੇ ਕਮਾਲ ਦੀ ਗੱਲ ਆ, ਪ੍ਰਮਾਣ ਕਿਹਦਾ ਦਿੱਤਾ ਹੈ? ਜਿਨ੍ਹਾਂ ਜਿਨ੍ਹਾਂ ਨੂੰ ਤੁਹਾਨੂੰ ਤੁਸੀਂ ਤੁਸੀਂ ਦੇ ਬਾਣੀ ਦੇ ਪ੍ਰੇਮੀ ਗੁਰਸਿੱਖ ਹੋ, ਚੋਰੀ ਮਿਰਗ ਅੰਗੂਰੀ ਖਾ, ਮਿਰਗ ਮਣੇ ਹਰਨ, ਜਿਸ ਤਰ੍ਹਾਂ ਹਰਨ ਨਿੱਕੇ ਨਿੱਕੇ ਲਗਰਾਂ ਅੰਗੂਰਾਂ ਫੁੱਟਦੀਆਂ, ਫਸਲ ਦੀਆਂ ਨਿੱਕੀ ਨਿੱਕੀ ਅੰਗੂਰੀ ਫੁੱਟੀ, ਹਰਨ ਵੱਡਾ ਤਾਂ ਫਸਲ ਨਹੀਂ ਖਾਂਦਾ, ਉਤਲਾ ਸਿਰਾ ਖਾਂਦਾ ਹੈ। ਇਹ ਵੀ ਭੱਜ ਕੇ ਸਰੀਰ ਵਿੱਚੋਂ ਪਤਾ ਨਹੀਂ ਕਿੱਥੇ ਕਿੱਥੇ ਅੰਗੂਰੀ ਚੁਗਦਾ ਰਹਿੰਦਾ ਹੈ। ਵੈਸੇ ਜੋੜੇ ਝੜ ਰਿਹਾ, ਵੇਖਣ ਨੂੰ ਜੋੜੇ ਝੜ ਰਿਹਾ, ਲੰਗਰ ਵਰਤਾ ਰਿਹਾ, ਲੰਗਰ ਦੀ ਸੇਵਾ ਕਰ ਰਿਹਾ, ਪਾਣੀ ਵਰਤਾ ਰਿਹਾ, ਪੋਚਾ ਮਾਰ ਰਿਹਾ, ਮਗਰ ਚਿੱਤ ਚੋਰੀ ਮਿਰਗ। ਇੱਕ ਥਾਂ 'ਤੇ ਲਿਖਿਆ ਹਰੀ ਅੰਗੂਰੀ ਗਧਾ ਚਰੇ, ਇਸ ਤਰ੍ਹਾਂ ਵੀ ਲਿਖਿਆ ਜੇ ਇਹ ਚਿੱਤ ਸਾਡਾ ਗਧਾ। ਤੁਸੀਂ ਕਦੀ ਜੇ ਥੋੜ੍ਹਾ ਜਿਹਾ ਸੁਚੇਤ ਹੋ, ਇਸ ਤਰ੍ਹਾਂ ਕਰੋ, ਹਾਂ ਥੋੜ੍ਹੀ ਸੁਚੇਤਤਾ ਆ ਜੂਗੀ, ਇਸ ਤਰ੍ਹਾਂ ਕਰਨ ਨਾਲ ਸੁਚੇਤਤਾ ਆ ਜਾਂਦੀ, ਆਖੋ ਵਾਹਿਗੁਰੂ, ਸਰਕੂਲੇਸ਼ਨ ਚੱਲ ਪੈਂਦੀ, ਇੱਥੋਂ ਹੀ ਸਾਰਾ ਸਿਸਟਮ ਚੱਲਦਾ। ਜਦੋਂ ਸੁਸਤੀ ਪੈਣ ਲੱਗੇ, ਆਪ ਜੀ ਰਾਤੀ ਭਜਨ ਕਰਦੇ ਸੋ, ਉਸੇ ਵੇਲੇ ਦੋ ਵਾਰ ਕਰੋ, ਸਭ ਠੀਕ ਹੋ ਜਾਓ। ਇੱਥੋਂ ਸਰਕੂਲੇਸ਼ਨ ਸਾਰੀਆਂ ਨਾੜਾਂ ਦਾ ਚੱਲਦਾ ਹੈ। ਆਖੋ ਵਾਹਿਗੁਰੂ। ਤੁਸੀਂ ਕਦੀ ਇਹ ਚੇਤਾ ਕਰਿਓ, ਇੱਕ ਗਧਾ ਛਿੜਕ 'ਚ ਖਲੋਤਾ ਹੈ, ਛਿੜਕ 'ਚ ਕੌਣ? ਉਹਦੀ ਚੇਤਨਤਾ ਇੰਨੀ ਚੱਲਦੀ ਨਹੀਂ, ਉਹ ਸੜਕ ਦੇ ਵਿੱਚ ਖਲੋ ਗਿਆ, ਟ੍ਰੈਫਿਕ ਡਿਸਟਰਬ ਹੋ ਰਹੀ, ਟ੍ਰੈਫਿਕ ਡਿਸਟਰਬ ਹੋ ਰਹੀ। ਕਿੰਨੇ ਹਾਰਨ ਵੱਜ ਰਹੇ ਨੇ ਅਤੇ ਦੋਵੇਂ ਪਾਸੇ ਟ੍ਰੈਫਿਕ ਜਾਮ ਹੋ ਗਈ, ਮਗਰ ਉਹ ਆਪਣੀ ਜਗ੍ਹਾ 'ਤੇ। ਇਤਨਾ ਹੀ ਕੁਛ ਸਾਡੀ ਕਹਾਣੀ ਹੈ, ਕਿੰਨੀ ਕਥਾ ਹੋਈ, ਚੇਤਾ ਲੱਗੇ ਕਿੰਨੀ, ਕਿੰਨੇ ਕੀਰਤਨ ਸੁਣੇ, ਕਿੰਨੇ ਵਿਦਵਾਨਾਂ ਨੂੰ ਸੁਣਿਆ, ਮਗਰ ਗਧਾ ਆਪਣੀ ਜਗ੍ਹਾ 'ਤੇ ਉੱਥੇ ਦਾ ਉੱਥੇ ਹੀ ਆ। ਇਹਨੂੰ ਅੱਜ ਵੀ ਚੀਰ ਫੜ ਕੇ ਵੇਖ ਲਓ, ਹਰੀ ਅੰਗੂਰੀ ਗਧਾ ਚਰੇ, ਇਹ ਗਧਾ ਇੱਥੇ ਬੈਠਾ ਵੀ ਅੰਗੂਰੀ ਚੁਗਦਾ ਰਹਿੰਦਾ ਹੈ। ਅਤੇ ਅੰਗੂਰੀ ਪਤਾ ਲੱਗ ਰਿਹਾ ਕਿ ਨਹੀਂ ਤਾਂ ਮੈਂ ਛੱਡ ਦੇਵਾਂ ਇਸ ਗੱਲ ਨੂੰ, ਪਤਾ ਲੱਗ ਰਿਹਾ ਆਖੋ ਵੇਖ ਲਓ। ਫਿਰ ਹਰੀ ਅੰਗੂਰੀ ਚੁਗ ਕੇ ਨਿੱਤ ਉੱਠ ਹਾਸੈ ਹੀਂਗੇ, ਹੀਂਗੇ ਹਿੰਗਣ ਲੱਗ ਪੈਂਦਾ ਹੈ ਉੱਥੇ ਬਾਹਰ ਜਾ ਕੇ, ਇੱਥੋਂ ਅੰਗੂਰੀ ਚੁੱਕ ਕੇ ਗਿਆ ਹੈ, ਅੱਖ ਵਾਹਿਗੁਰੂ, ਅਤੇ ਬਾਹਰ ਕਰਨ 'ਤੇ ਦੂਸਰਾ ਖਲੋ ਕੇ ਹਾ 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 ਹਾ, ਨਿੱਤ ਉੱਠ ਹਾਸੈ, ਜਿਹੜਾ ਅਸੀਂ ਹੱਸਦੇ ਹਾਂ ਇਹਨੂੰ ਗੁਰੂ ਸਾਹਿਬ ਨੇ ਕਿਹਾ ਜਿਸ ਤਰ੍ਹਾਂ ਖੋਤਾ ਹੀਂਗਦਾ ਹੈ। ਵੇਖੋ ਸਾਡੀ ਕਹਾਣੀ ਲਿਖੀ, ਪਤਾ ਲੱਗ ਰਿਹਾ ਕਿ ਨਹੀਂ? ਉੱਥੇ ਬਾਹਰ ਜਾ ਕੇ ਬੀਬੀਆਂ ਦੋ ਗੱਲਾਂ ਕਰਦੀਆਂ, ਬੰਦੇ ਦੋ ਗੱਲਾਂ ਕਰਦੇ, ਹੱਸਦੇ ਨੇ, ਅਤੇ ਉਹਦੀ ਫੋਟੋ ਖਿੱਚੀ ਗੁਰੂ ਸਾਹਿਬ ਨੇ, ਨਿੱਤ ਉੱਠ ਹੱਸੈ ਹੀਂਗੇ ਅਤੇ ਮਰੇ ਸੁੱਟੇ ਖਾਂਦਾ ਫਿਰ। ਫੋਟੋ ਵੇਖ ਲਓ ਚੰਗੀ ਤਰ੍ਹਾਂ, ਇੱਥੇ ਸੇਵਾ ਕਰ ਰਿਹਾ ਹੈ, ਮਗਰ ਚੰਚਲ ਚੀਤ। ਗੁਰੂ ਕਹਿੰਦਾ ਚੇਤਾ ਲਾ ਕੇ ਕਰ, ਚੰਚਲ ਚਿੱਤ ਨੂੰ ਟਿਕਾ ਕੇ। ਸੰਤ ਬਾਬਾ ਅਤਰ ਸਿੰਘ ਮਹਾਂਪੁਰਸ਼ ਸੀਸਗੰਜ ਸਾਹਿਬ ਆਏ, ਆਖੋ ਵਾਹਿਗੁਰੂ, ਕਿੱਥੇ? ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ, ਨਾਲ ਸੰਗਤ ਇੱਛਾ ਜ਼ਾਹਰ ਕੀਤੀ ਵੀ ਗੁਰੂ ਕੇ ਸਿੱਖੋ ਤੁਸੀਂ ਇੱਥੇ ਬਹਿ ਜਾਓ ਅਤੇ ਮੈਂ ਗੁਰੂ ਕੇ ਸਿੱਖਾਂ ਦੇ ਜੋੜੇ ਚਾਲਣਾ। ਕਿੰਨੇ? ਬਾਬਾ ਅਤਰ ਸਿੰਘ ਸਾਹਿਬ ਨੇ ਜੋੜੇ ਜਾਣ ਲਈ
ਕਹਿੰਦੇ ਮੈਂ ਇੱਕ ਘੰਟਾ ਜੋੜੇ ਚੜੂੰਗਾ, ਤੁਸੀਂ ਭਾਵੇਂ ਬਾਣੀ ਪੜ੍ਹ ਲਓ, ਤੁਸੀਂ ਹੋਈ ਸੇਵਾ ਕਰ ਲਓ, ਮਗਰ ਜਾ ਕੇ 5 ਮਿੰਟ ਸੇਵਾ ਕਰਕੇ ਅਤੇ ਅੰਦਰੋਂ ਬਾਹਰ ਆ ਗਏ, ਧਿਆਨ ਦਿਓ ਕੁਛ ਦੱਸਣ ਲੱਗਾ, ਇਹਦੇ ਸੁਰਤ ਟਿਕਾ ਕੇ ਰੱਖਿਓ, ਬਾਹਰ ਆ ਗਏ। ਗੁਰੂ ਕੇ ਸਿੱਖਾਂ ਨੇ ਪੁੱਛਿਆ ਮਹਾਂਪੁਰਸ਼ੋ ਤੁਸੀਂ ਕਹਿੰਦੇ ਸੋ ਮੈਂ ਇੱਕ ਘੰਟਾ ਸੇਵਾ ਕਰਨੀ, ਪਤਾ ਲੱਗ ਰਿਹਾ ਜੀ, ਅਤੇ 5 ਮਿੰਟਾਂ ਬਾਅਦ ਬਾਹਰ ਆ ਗਏ। ਉਹਨੂੰ ਕਹਿੰਦੇ ਜੇ ਕੋ ਕਰੇ ਚਿੱਤ ਜੋੜ ਕੇ ਕੀਤੀ, ਅਤੇ ਬਾਹਰ ਆਣ ਕੇ ਗੁਰੂ ਕੇ ਸਿੱਖਾਂ ਨੇ ਆਖਿਆ ਤੁਸੀਂ ਤਾਂ ਘੰਟਾ ਕਰਨੀ ਸੀ। ਕਹਿੰਦੇ 2 ਜੋੜੇ ਚੁੱਕੇ, ਧਿਆਨ ਦਿਓ ਇੰਨੀ ਗੁਰੂ ਨੇ ਕਿਰਪਾ ਕੀਤੀ, ਭਾਂਡਾ ਨੱਕੋ ਨੱਕ ਭਰ ਗਿਆ, ਜਰਿਆ ਨਹੀਂ ਗਿਆ, ਤਾਂ ਬਾਹਰ ਆ ਗਿਆ, ਤਾਂ ਬਾਹਰ ਆ ਗਿਆ। ਜਿੰਨੀ ਕੁ ਮੇਰਾ ਭਾਂਡਾ ਸੀ, ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਛਿਨ ਵਿੱਚ ਨੱਕੋ ਨੱਕ ਭਰਤਾ। ਇੱਥੇ ਵੀ ਮੇਰੇ ਸਾਹਿਬਾਂ 'ਚ ਕਹਿੰਦੇ ਜੇ ਕੋ ਕਰੇ ਚਿੱਤ ਜੁੜ ਗਿਆ ਨਾ ਜਿੱਦਣ ਵਾਹਿਗੁਰੂ 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 ਵਾਹਿਗੁਰੂ, ਇਹ ਵੀ ਸੇਵਾ ਹੀ ਹੈ, ਨਾਮ ਜਪਣਾ ਵੀ ਸੇਵਾ ਹੈ, ਵਾਹਿਗੁਰੂ ਵਾਹਿਗੁਰੂ ਬਾਣੀ ਪੜ੍ਹਨੀ ਸੇਵਾ, ਸੇਵਾ ਹੱਥੀ ਵੀ। ਦੇ ਮਿੱਠਾ ਵੇਖ ਲੈਂਦੀ ਅਤੇ ਮੁੜ ਮੁੜ ਕੇ ਉੱਥੇ ਕਿਉਂ ਜਾਂਦੀ, ਕਿਉਂਕਿ ਉਹਨੇ ਉੱਥੇ ਸਾਡੀ ਸੁਰਤ ਮੁੜ ਮੁੜ ਕੇ ਵਾਹਿਗੁਰੂ ਕਿਉਂ ਨਹੀਂ ਕਹਿੰਦੀ। ਇਹਨੇ ਅਜੇ ਇਸ ਕੀੜੀ ਨੇ ਸਵਾਦ ਨਹੀਂ ਚੱਕਿਆ। ਕਮਾਲ ਦੀ ਗੱਲ ਹੈ, ਇਹਦੇ ਤੋਂ ਕੁਝ ਸਿੱਖੋ, ਕੀੜੀ ਤੋਂ ਕੁਝ ਸਿੱਖੋ। ਵੇਖ ਗਈ ਇੱਕ ਵਾਰ, ਲੈਣਾ ਬਣਤੀਆਂ,
ਕਿਉਂ ਭਾਈ ਸਾਹਿਬ ਜੀ, ਪਤਾ ਲੱਗਾ ਕੀ ਕਿਹਾ, ਕੀ ਕੀਤਾ, ਕਾਹਦੀਆਂ ਕਿਹੜੀਆਂ ਦੀਆਂ? ਆਖਰ ਦੱਸਿਆ ਹੀ ਹੈ ਨਾ, ਦੱਸਿਆ ਤਾਂ ਪਹਿਲੋਂ ਆਪ ਚੱਖਿਆ ਤੇ ਤੁਸੀਂ ਕਿਉਂ, ਤੁਸੀਂ ਤੇ ਮੈਂ ਕਿਉਂ ਨਹੀਂ ਕਹਿੰਦੇ ਲੋਕਾਂ ਨੂੰ ਆਓ ਗੁਰਦੁਆਰੇ, ਉੱਥੇ ਮਿੱਠਾ ਹੈਗਾ? ਆਪ ਨਹੀਂ ਖਾਧਾ, ਚੌਲ ਖਾਧੇ ਅਤੇ ਜਾਂਦੇ ਜਿਹਨੂੰ ਮਿਲਿਆ ਉੱਥੇ ਆਖਿਆ ਅੱਜ ਮਿੱਠੇ ਚੌਲ ਬਣੇ ਸੀ ਗੁਰਦੁਆਰੇ, ਬਸ ਜੋ ਚੱਖਿਆ ਉਹ ਦੱਸਿਆ, ਇਹਦੇ ਕੋਈ ਸ਼ੱਕ ਨਹੀਂ। ਭੈਣ ਜੀ ਅੱਜ ਲੰਗਰ 'ਚ ਕੀ ਬਣਿਆ ਸੀ? ਆਖੋ ਵਾਹਿਗੁਰੂ। ਦੱਸਿਆ ਕੜੀ ਬਣੀ, ਚੌਲ ਬਣੇ ਸੀ, ਜੋ ਖਾਧਾ ਸੀ ਉਹ। ਮਗਰ ਅਜੇ ਅਸੀਂ ਇਹ ਨਹੀਂ ਕਿਹਾ, ਮਨ ਬੋਲੋ ਹਰ ਰਸ ਸਭ ਤੇ ਮਿੱਠਾ ਹੈ, ਵਾਹਿਗੁਰੂ 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 ਵਾਹਿਗੁਰੂ। ਇਹ ਚੱਖੋ, ਦੱਸੋ ਲੋਕਾਂ ਨੂੰ, ਸੇਵਾ ਕੀ ਆ? ਇਹ ਤਾਂ ਗੁਰਸਿੱਖਾਂ ਦੀ ਸੇਵਾ, ਜੋੜੇ ਝਾੜਨੇ, ਜੂਠੇ ਬਰਤਨ ਸਾਫ਼ ਕਰਨੇ, ਇਹ ਤਾਂ ਗੁਰਸਿੱਖਾਂ ਦੀ ਸੰਗਤ ਦੀ ਸੇਵਾ ਹੈ। ਕੋਈ ਸੇਵਾ ਐਸੀ ਵੀ ਹੈ ਜਿਹੜੀ ਗੁਰੂ ਦੀ ਹੋਵੇ? ਗੁਰ ਕੇ ਚਰਨ, ਫਿਰ ਗੁਰੂ ਦੇ ਤਾਂ ਹੁਣ ਚਰਨ ਸਾਨੂੰ ਦਿਸਦੇ ਨਹੀਂ, ਧੋ ਕੇ ਕਿਹੜੇ ਪੀਏ? ਆਖੋ ਵਾਹਿਗੁਰੂ। ਸਰਕਾਰ ਨੇ ਬੜਾ ਸੋਹਣਾ ਭਜਨ ਕੀਤਾ, ਗੁਰ ਕੀ ਟਹਿਲ, ਬੋਲੋ ਗੁਰੂ ਕੀ ਸੇਵਾ, ਗੁਰੂ ਦੀ ਟਹਿਲ, ਗੁਰੂ ਦੀ ਸੇਵਾ। ਸਿੱਖਾ ਸੁਣ, ਆਈ ਕਿਹੜੀ? ਗੁਰ ਕੀ ਆਗਿਆ ਚੰਗੀ ਲੱਗਣੀ ਸ਼ੁਰੂ ਹੋ ਜਾਏ, ਸੇਵਾ ਸ਼ੁਰੂ ਹੋ ਗਈ। ਮਿੱਠੀ ਆਗਿਆ ਗੁਰ ਕੀ ਲੱਗੀ, ਬੋਲਿਆ ਕਰੋ, ਹਿੱਲੇ ਨਾ ਰਿਹਾ ਕਰੋ, ਨਦੀ ਨਾਮ ਸੰਜੋਗੀ ਮੇਲੇ।
ਮਿੱਠੀ ਆਗਿਆ ਪਿਰਕੀ ਲਾਗੀ। ਪਤੀ ਪਰਮੇਸ਼ਵਰ ਦੀ ਆਗਿਆ ਜਿੱਦਣ ਮਿੱਠੀ ਲੱਗਣ ਲੱਗ ਪਈ ਅਤੇ ਇਸ ਘਰ 'ਚ ਦੋ ਜਨਾਨੀਆਂ ਰਹਿੰਦੀਆਂ, ਹਾਜ਼ਰ ਹੋ ਜੀ, ਕਿਹੜੇ 'ਚ? ਸਰੀਰ 'ਚ ਦੋ ਜਨਾਨੀਆਂ ਨੇ, ਇੱਕ ਤਾਂ ਘਰ ਵਾਲੀ ਆ, ਇੱਕ ਸੌਂਕਣ ਨੇ ਇਹ ਘਰ ਮੱਲਿਆ ਹੈ। ਮੈਂ ਨਹੀਂ ਕਿਹਾ, ਬਾਣੀ ਭਾਈ ਸਾਹਿਬ ਨੂੰ ਪੁੱਛ ਕੇ ਵੇਖੋ ਜਿਹਨਾਂ ਜਿਹਨਾਂ ਨੂੰ ਆਉਂਦੀ। ਜਿੱਦਣ ਤੋਂ ਆਗਿਆ ਮਿੱਠੀ ਲੱਗਣੀ ਸ਼ੁਰੂ ਹੋ ਗਈ ਪਤੀ ਪਰਮੇਸ਼ਵਰ ਦੀ, ਅਤੇ ਪਤੀ ਪਰਮੇਸ਼ਵਰ ਇਹ ਚਾਹੁੰਦਾ ਹੈ ਵੀ ਮੇਰੀ ਘਰ ਦੀ ਮੇਰੀ ਆਗਿਆ ਮੰਨੇ, ਜੀਵ ਆਤਮਾ ਪਰਮ ਆਤਮਾ ਦੀ ਆਗਿਆ ਖੁੱਲ੍ਹ ਕੇ ਬੋਲਿਆ ਕਰੋ ਨਾ। ਵੇਖੋ ਕਿੱਡਾ ਸੋਹਣਾ ਵਿਸ਼ਾ ਹੈ। ਪਰਮ ਆਤਮਾ ਚਾਹੁੰਦਾ ਹੈ ਵੀ ਜਿਹੜੀ ਜੀਵ ਆਤਮਾ ਹੈ ਇਹ ਮੇਰੀ ਆਗਿਆ ਮੰਨੇ। ਹੁਣ ਉਹ ਜਿਹੜੀ ਸੌਂਕਣ ਆ ਉਹ ਕਬਜ਼ਾ ਕਰਕੇ ਬੈਠੀ, ਖੋਟੀ ਬੁੱਧੀ। ਖੋਟੀ ਬੁੱਧੀ ਕੀ ਆ? ਸੌਂਕਣ ਨੇ ਘਰ ਮੱਲਿਆ। ਇੱਕ ਤਾਂ ਸੁਹਾਗਣ ਹੈਗੀ ਘਰ ਵਾਲੀ, ਮਗਰ ਉਹਦੇ ਸਾਹਮਣੇ ਬਰਾਬਰ 'ਤੇ ਇੱਕ ਹੋਰ ਬੁੱਧੀ ਰਹਿੰਦੀ, ਖੋਟੀ ਬੁੱਧੀ, ਉਹਦਾ ਕਬਜ਼ਾ ਹੋ ਗਿਆ। ਉਹ 24 ਘੰਟੇ ਆਪਣੀ ਚਲਾਉਂਦੀ, ਆਖੋ ਵਾਹਿਗੁਰੂ, ਅਤੇ ਇਹ ਗੱਲ ਕਰਨ ਤੇਰਾ ਤੁਹਾਡੀ ਹੋਣਾ ਹੈ, ਆਖੋ ਵਾਹਿਗੁਰੂ। ਇਹ ਗੱਲ ਨੋਟ ਕਰਿਓ, ਜਿਹੜੀ ਸੌਂਕਣ ਹੁੰਦੀ ਆ ਉਹਦੀ ਗੱਲ ਪਤੀ ਪਰਮੇਸ਼ਵਰ ਦੁਨਿਆਵੀ ਤੌਰ ਵਾਲਾ ਜ਼ਿਆਦਾ ਸੁਣਦਾ ਹੈ, ਆਖੋ ਵਾਹਿਗੁਰੂ, ਮਗਰ ਉਹ ਪਤੀ ਪਰਮੇਸ਼ਵਰ ਸੌਂਕਣ ਦੀ ਘੱਟ ਸੁਣਦਾ ਹੈ। ਮਗਰ ਵੱਸਦੀ ਉੱਥੇ ਹੀ ਆ ਅੰਦਰ ਹੀ ਦੋਵੇਂ ਚੀਜ਼ਾਂ। ਜਿੱਦਣ ਆਗਿਆ ਮਿੱਠੀ ਲੱਗੀ, ਮੇਰਾ ਗੁਰੂ ਕਹਿੰਦਾ ਸੌਂਕਣ ਘਰ ਕੀ ਕੰਤ ਤਿਆਗੀ, ਨਹੀਂ ਪਤਾ ਲੱਗਾ? ਜਿਹੜੀ ਖੋਟੀ ਬੁੱਧੀ ਸੀ ਨਾ ਉਹ ਪਤੀ ਪਰਮੇਸ਼ਵਰ ਨੇ ਹੁਣ ਛੱਡਤੀ, ਧੱਕੇ ਮਾਰ ਕੇ ਬਾਹਰ ਕੱਢਤੀ। ਭਾਈ ਸਾਹਿਬ ਸੁਚੇਤ ਹੋ, ਸੌਂਕਣ ਕਰਕੇ ਪਹਿਲੋਂ ਕਿਉਂ ਨਾ ਧਿਆਨ ਦਿਓ। ਹੁਣ ਗੁਰ ਕੀ ਟਹਿਲ, ਗੁਰੂ ਕੀ ਆਗਿਆ, ਗੁਰ ਕੀ ਸੇਵਾ, ਗੁਰ ਕੀ ਆਗਿਆ ਪਾਣੀ, ਪਹਿਲੋਂ ਕਿਉਂ ਨਹੀਂ ਛੱਡੀ? ਇੰਨਾ ਚਿਰ ਅੰਦਰ ਕਿਉਂ ਰੱਖੀ ਆਪਣੇ ਘਰ 'ਚ? ਉਹ ਇੱਕ ਜਦੋਂ ਤੇਰੀ ਹੈਗੀ ਸੀ, ਦੂਸਰੀ ਕਿਉਂ ਲਿਆ ਕੇ ਵਸਾਈ? ਪਤਾ ਲੱਗ ਰਿਹਾ ਨਾ ਜੀ, ਨਹੀਂ ਚਲੇਗੀ ਕਿਤੇ? ਕੁਲਦੀਪ ਕੋਲ ਹਾਜ਼ਰ ਹੋ ਪੁੱਤ, ਫਿਰ ਹੋ। ਆਖਰ ਜੇ ਤੇਰੇ ਕੋਲ ਹੈਗੀ ਸੀ ਤੇਰੇ ਘਰ ਵਾਲੀ, ਅਤੇ ਦੂਸਰੀ ਕਿਉਂ ਲਿਆ ਕੇ ਵਿਖਾਈ ਵਸਾਈ ਘਰ 'ਚ? ਕਹਿੰਦੇ ਇਹ ਮੇਰਾ ਕਹਿਣਾ ਨਹੀਂ ਸੀ ਮੰਨਦੀ ਜੀਵਾਤਮਾ, ਕਿਹਦਾ? ਪਰਮਾਤਮਾ ਦਾ। ਅਤੇ ਖੋਟੀ ਬੁੱਧੀ ਉੱਥੇ ਪੈਰ ਪਸਾਰਨੇ ਸ਼ੁਰੂ ਕਰਤੇ। ਹੁਣ ਜਿੱਦਣ ਤੋਂ ਭਲੋ ਭਇਓ, ਬੋਲੋ, ਪ੍ਰੇ ਕਹਿਆ ਮਾਨਿਆ, ਚੰਗਾ ਹੋ ਗਿਆ ਜਿੱਦਣ ਤੋਂ ਜੀਵ ਆਤਮਾ ਨੇ ਪਤੀ ਪਰਮੇਸ਼ਵਰ ਦਾ, ਅਤੇ ਫਿਰ ਇਹਨੂੰ ਪਤਾ ਲੱਗਾ ਵੀ ਇਸ ਘਰ 'ਚ ਕਿੰਨਾ ਸੁੱਖ ਅਤੇ ਸਹਿਜ ਆ, ਸੁੱਖ ਸਹਿਜ ਇਸ ਘਰ ਕਾ ਜਾਣਿਆ। ਵੇਖੋ ਬਾਣੀ ਹੈ, ਗੁਰੂ ਕੇ ਸਿੱਖੋ, ਅਖੰਡ ਪਾਠ ਸਾਹਿਬ 'ਤੇ ਰਖਵਾ ਲਿਆ, ਆਖੋ ਵਾਹਿਗੁਰੂ। ਇਹ ਨਿਯਮਾਂ 'ਚੋਂ ਤੁਸੀਂ ਕਦੋਂ ਬਾਹਰ ਆਓਗੇ? ਸ਼ਬਦ ਤਾਂ ਇੱਕੋ ਹੀ ਬਹੁਤ ਸੀ, ਇੱਕ ਸ਼ਬਦ ਮੇਰੇ ਕਿਤੇ ਪ੍ਰਾਣਾ 'ਚ ਉੱਤਰ ਜਾਂਦਾ ਕੋਈ ਸ਼ਬਦ। ਵੇਖੋ ਕਿੰਨੀ ਸੋਹਣੀ ਅਗਵਾਈ ਆ, ਭਲੋ ਪਇਓ, ਬੋਲੋ, ਬੜਾ ਭਲਾ ਉਦਣ ਤੋਂ ਹੋ ਗਿਆ ਜਿੱਦਣ ਪਿਰ ਕਹਿਆ ਮਾਨਿਆ, ਪਿਰ ਪਤੀ ਪਰਮੇਸ਼ਵਰ ਦਾ, ਅਤੇ ਸੁੱਖ ਸਹਿਜ ਇਸ ਘਰ ਕਾ ਜਾਣਿਆ, ਇਸ ਘਰ 'ਚ ਕਿੰਨਾ ਸੁੱਖ ਹੈ, ਕਿੰਨਾ ਸਹਿਜ ਆ, ਉਦਣ ਤੋਂ ਪਤਾ ਲੱਗੂਗਾ ਸਿੱਖਾ, ਜਿੱਦਣ ਆਪਣੇ ਪਤੀ ਪਰਮੇਸ਼ਵਰ ਦਾ ਕਹਿਆ ਮੰਨੇਗਾ।
ਅਜੇ ਤੇ ਤੂੰ ਪਰਮਜੀਤ ਸਿੰਘ ਜੋ ਕਹਿ ਗਿਆ ਉੱਧਰ ਨੂੰ ਭੱਜ ਗਏ ਹੋ, ਅੱਖ ਵਾਹਿਗੁਰੂ। ਮਗਰੋਂ ਦੂਸਰਾ ਆ ਗਿਆ ਗੁਰਮੀਤ ਸਿੰਘ, ਉਹਨੇ ਆਣ ਕੇ ਇੱਥੇ ਚੰਗੇ ਪ੍ਰਭਾਵ ਨਾਲ ਚੰਗੇ ਗੱਲਾਂ ਨਾਲ ਤੈਨੂੰ ਭਰਮਾ ਲਿਆ, ਤੂੰ ਉੱਧਰ ਨੂੰ ਭੱਜ ਗਿਆ ਨਾ, ਇਹਦਾ ਕਹਿਣਾ ਮੰਨ ਤੇ ਪੁੱਛੋਗੇ ਨਹੀਂ ਇਹਦਾ ਕਹਿਣਾ ਕੀ ਹੈ, ਅੱਖ ਵਾਹਿਗੁਰੂ। ਇਹਦਾ ਕਹਿਣਾ ਪਰਮਜੀਤ ਸਿੰਘ ਤੋਂ ਪਰੇ ਹੋ ਰਿਹਾ, ਹੁਣ ਸਾਨੂੰ ਇਹ ਦੱਸੋ ਵੀ ਇਹਦਾ ਕਹਿਣਾ ਕੀ ਹੈ। ਗੁਰਸਤ ਕੁਰ ਕਾਜੋ ਸਿੱਖ ਅਕਾਇ, ਇਹਦਾ ਕਹਿਣਾ ਜੀ। ਸੋ ਭੜਕੇ ਉੱਠ ਸੋ ਭੜਕੇ ਉੱਠ ਹਰ ਉਦਮ ਕਰੇ ਭੜਕੇ ਪ੍ਰਭਾਤੀ, 10 ਵਜੇ ਨਹੀਂ, ਉਦਮ ਕਰੇ। ਇਹ ਪਤੀ ਪਰਮੇਸ਼ਵਰ ਦੇ ਬਚਨ ਦੇ, ਗੁਰੂ ਗ੍ਰੰਥ ਸਾਹਿਬ ਜੀਵਾਤਮਾ ਦਾ ਪਤੀ ਹੈ, ਸੁਰਤ ਦਾ ਸ਼ਬਦ ਪਤੀ ਹੈ ਤੇ ਸ਼ਬਦ ਗਵਾਈ ਦੇ ਰਿਹਾ। ਸੋ ਭੜਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭੜਕੇ। ਇੱਕ ਨੋਟ ਕਰਿਓ, ਪ੍ਰਭਾਤੀ ਗਿਆ ਜੇ 10 ਵਜੇ ਨਹੀਂ, ਤੇ ਪ੍ਰਭਾਤ ਉਦੋਂ ਹੁੰਦੀ ਜਦੋਂ ਤਾਰੇ ਚੜੇ ਹੋਣ, ਜਦੋਂ ਤੁਹਾਡੇ ਚੋਂ ਕਿੰਨੇ ਉੱਠਦੇ ਆ, ਕਿੰਨੇ ਇਸ ਰਸ ਨੂੰ ਪੀਂਦੇ ਨੇ ਅੰਮ੍ਰਿਤ ਵੇਲੇ ਉੱਠ ਕੇ। ਆ ਹੁਣੇ ਸਹਿਜ ਪਰ ਸੁਣਦੇ ਸਾ ਭਿੰਨੀ ਰਹਿਣ ਲੀਏ ਚਮਕਣ, ਉਦੋਂ ਕੌਣ ਜਾਗਦਾ ਹੈ, ਜਾਗੇ ਸੰਤ ਜਨਾ ਸਭ ਸੁੱਤੇ ਹੁੰਦੇ ਨੇ, ਮਗਰ ਸਾਧੂ ਉਸ ਵੇਲੇ ਜਾਗਦਾ ਹੈ, ਕਰਦਾ ਕੀ ਹੈ। ਹਰ ਨਾਮ ਸਿਮਰੇ ਅਨੰਦਨੋ ਰੋਜ਼ ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ। ਇੱਕ ਵਾਰ ਚੇਤਾ ਕਰ ਲਓ, ਮਿੱਠੀ ਆਗਿਆ ਪਿਰਕੀ ਲਾਗੀ ਤੇ ਬੜਾ ਵੱਡਾ ਸੁੱਖ ਮਿਲਿਆ। ਜਿਹੜੀ ਸੌਂਕਣ ਅੰਦਰ ਸੀ ਨਾ, ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਸੰਗਤ ਚਾਈ, ਪਤੀ ਦਾ ਕਹਿਣਾ ਮੰਨਿਆ ਅੱਖ ਵਾਹਿਗੁਰੂ। ਤਿੰਨ ਭੇਟਤ ਸੰਗਤ ਨੂੰ ਮਿਲਣ ਨਾਲ ਸੰਗਤ ਨੂੰ ਦੁਰਮਤ ਹੋਈ, ਧੱਕੇ ਮਾਰ ਕੇ ਬਾਹਰ ਕੱਢਤੀ, ਖਤਮ ਹੋ ਗਈ। ਸੌਂਕਣ ਕਰਕੇ ਕੰਤ ਤਿਆਗੀ, ਇੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਕੋ ਕਰੇ ਚਿੱਤ ਲਾਏ, ਚਿੱਤ ਲਾਏ, ਚਿੱਤ ਲਾ ਕੇ ਕੀਤੀ ਹੋਈ ਸੇਵਾ, ਉਹਦਾ ਰਿਜ਼ਲਟ ਵੀ ਦੱਸਿਆ, ਭਾਈ ਸਾਹਿਬ ਵੀ ਪੜ੍ਹ ਕੇ ਗਏ। ਸਾ ਸੇਵਾ ਕੀਤੀ ਤੇ ਤੁਸੀਂ ਕਹਿੰਦੇ ਸਫਲਤਾ ਹੋਵੇ, ਗੁਰੂ ਦਾ ਮਨ ਮੰਨੇ ਨਾ ਮੰਨੇ, ਮੈਂ ਸੇਵਾ ਕਰਾਂ, ਰੁਮਾਲਾ ਚੜ੍ਹਾਵਾਂ, ਲਿਆ ਕੇ ਵਧੀਆ ਤੋਂ ਵਧੀਆ 2.5 ਲੱਖ ਦਾ, ਗੁਰੂ ਨੂੰ ਚਾਹੀਦਾ ਹੋਵੇ ਨਾ ਚਾਹੀਦਾ ਹੋਵੇ, ਮੈਂ ਤਾਂ ਲਿਆਉਣਾ ਹੈ।
ਉਹ ਕਹਿੰਦੇ ਤੇਰੀ ਸੇਵਾ ਕੀਤੀ ਤਾਂ ਤਾਂ ਸਫਲ ਹੋਣੀ ਜੇ ਇਹ ਖੁਸ਼ ਹੋਵੇ ਤਾਂ। ਆਖੋ ਵਾਹਿਗੁਰੂ। ਸੋਨਾ ਚੜ੍ਹਾਉਣਾ, ਰੁਮਾਲੇ ਬਹੁਤੇ ਚੜ੍ਹਾਉਣੇ, ਵੇਖੋ ਲੋੜ ਅਨੁਸਾਰ ਤਾਂ ਸਤਿਗੁਰੂ ਗਰੀਬ ਨਿਵਾਜ ਦੀ ਸ਼ਾਨ ਲਈ ਰੁਮਾਲੇ ਚਾਹੀਦੇ, ਮਗਰ ਕਮਰਿਆਂ ਦੇ ਕਮਰੇ ਭਰ ਦੇਣੇ, ਕੀ ਇਹਨੂੰ ਚੰਗਾ ਲੱਗਦਾ ਹੋਊ? ਆਖੋ ਵਾਹਿਗੁਰੂ। ਕੀ ਮੇਰਾ ਗੁਰੂ ਕਹਿੰਦਾ ਹੋ ਵੀ ਮੈਂ ਸਰੀਰ ਵਿੱਚ ਜਿੱਥੇ ਤੁਰਿਆ ਫਿਰਦਾ ਉੱਥੇ ਤਾਂ ਮੈਂ ਨੰਗਾ ਵਾਂ? ਨਹੀਂ ਪਤਾ ਲੱਗਾ ਜੀ, ਜਿੱਥੇ ਜੋ ਦਿਸੇ ਸੋ ਤੇਰਾ ਰੂਪ, ਉੱਥੇ ਤਾਂ ਮੈਂ ਸੜਕ 'ਤੇ ਖਲੋਤਾ, ਮੇਰੇ ਕੋਲ ਸਵੈਟਰ ਪਾਉਣ ਨੂੰ ਨਹੀਂ ਹੈਗਾ, ਜਿੱਥੇ ਮੇਰਾ ਸਰੀਰ ਨਹੀਂ। ਆਖੋ ਵਾਹਿਗੁਰੂ। ਜਿੱਥੇ ਮੈਂ ਅਕਾਏ ਹਾਂ, ਅਕਾਏ ਦਾ ਮਤਲਬ ਉੱਚੀ ਬੋਲੋ, ਨਹੀਂ ਤਾਂ ਤੁਸੀਂ ਅਰਥ ਦੇ ਅਨਰਥ ਕਰਕੇ ਚੱਲ ਜਾਓਗੇ ਦਿਮਾਗ ਵਿੱਚ, ਮੇਰਾ ਜਾਣਾ ਕੁਝ ਨਹੀਂ, ਕਿਉਂਕਿ ਮੈਂ ਤਾਂ ਆਪਣੇ ਪਿਓ ਦਾ ਉਹ ਗੱਲ ਦੱਸ ਰਿਹਾ ਜੋ ਪਿਓ ਕਹਿੰਦਾ ਹੈ। ਜਿੱਥੇ ਸਰੀਰ ਵਿੱਚ ਮੈਂ ਵਿਚਰਿਆ ਅਤੇ ਮੈਂ ਸੜਕ 'ਤੇ ਖਲੋਤਾ, ਮੈਂ ਭੁੱਖਾ ਵਾਂ ਅਤੇ ਮੈਂ ਕਹਿੰਦਾ ਮੈਨੂੰ ਤਾਂ ਭੁੱਖ ਲੱਗੀ ਹੈ, ਰੋਟੀ ਖਵਾ ਦੇ। ਆਖੋ ਵਾਹਿਗੁਰੂ। ਉੱਥੇ ਤਾਂ ਤੂੰ ਮੇਰੇ ਮੂੰਹ 'ਚ ਅੰਨ ਪਾਇਆ ਨਹੀਂ, ਉੱਥੇ ਤਾਂ ਤੂੰ ਮੇਰਾ ਤਨ ਢੱਕਿਆ ਨਹੀਂ, ਕੀ ਗੁਰੂ ਇਸ ਗੱਲ 'ਤੇ ਖੁਸ਼ ਹੁੰਦਾ ਹੋਊ? ਆਖੋ ਵਾਹਿਗੁਰੂ। ਸਾ ਸੇਵਾ ਕੀਤੀ ਚਿੱਤ ਖੁੱਲ੍ਹ ਕੇ ਬੋਲੋ, ਉਹ ਸੇਵਾ ਕੀਤੀ ਸਫਲ ਆ ਜੇ ਸੇਵਾ ਦੇ ਉੱਤੇ ਮੇਰੇ ਗੁਰੂ ਦਾ ਇੱਧਰ ਆ ਜਾਣ ਮਨ ਮੰਨੇ। ਉਹਦੀ ਨਿਸ਼ਾਨੀ ਕੀ ਹੈ ਜੀ? ਮਨ ਮੰਨਣ ਦੀ ਕੀ ਨਿਸ਼ਾਨੀ ਸਾਨੂੰ ਕਿਸ ਤਰ੍ਹਾਂ ਪਤਾ ਲੱਗੇ? ਆਖੋ ਵਾਹਿਗੁਰੂ। ਸਾਨੂੰ ਕੀ ਵੀ ਗੁਰੂ ਦਾ ਮਨ ਮੰਨ ਕੇ ਅਗਲੀ ਤੁੱਕ ਅਗਵਾਈ ਦਿੰਦੀ? ਕਹਿੰਦੇ ਕਿਸੇ ਦੇ ਉੱਤੇ ਬਹੁਤ ਸਾਰਾ ਭਾਰ ਲੱਦਿਆ ਹੋਵੇ ਕਿਸੇ ਚੀਜ਼ 'ਤੇ ਅਤੇ ਉਹ ਨਿਉਂ ਕੇ ਚੱਲਦੀ, ਉਹ ਭਾਰ ਲਾ ਦੀਏ ਅਤੇ ਉਹ ਸੁਖੀ ਹੋ ਕੇ ਤੁਰਦੀ? ਆਖੋ ਵਾਹਿਗੁਰੂ। ਪਕੜ ਲਿਆ ਉਹ ਪੁੱਤ ਭੈਣੋ, ਉਹ ਸੁਖੀ ਹੋ ਕੇ ਤੁਰਦੀ? ਇਹ ਗੱਲ ਨੋਟ ਕਰੀ, ਜਿੱਦਣ ਗੁਰੂ ਨੇ ਤੇਰਾ ਪਾਪਾਂ ਦਾ ਭਾਂਡਾ ਭੰਨ ਦਿੱਤਾ ਅਤੇ ਤੇਰੀ ਚਾਲ ਸੁਹਾਵੀ, ਬੋਲੋ, ਅਤੇ ਮਧੁਰਾੜੀ ਬਾਣੀ, ਮਿੱਠੀ ਅੰਮ੍ਰਿਤ ਵਰਗੀ ਬਾਣੀ ਉਦਣ ਤੋਂ ਹੋ ਜਾਣੀ। ਆਖੋ ਵਾਹਿਗੁਰੂ। ਅਤੇ ਤੇਰੀ ਚਾਲ ਲੱਦਿਆਂ ਵਾਲੀ ਨਹੀਂ ਹੋਣੀ, ਇੱਧਰ ਵੇਖੋ, ਲੱਦਿਆਂ ਵਾਲੀ ਨਹੀਂ ਹੋਣੀ। ਇੱਕ ਲੱਦੀ ਚੀਜ਼ ਉਹ ਕਿਸ ਤਰ੍ਹਾਂ ਤੁਰਦੀ ਹੈ? ਘੋੜੇ ਦੇ ਉੱਤੇ ਜਾਂ ਊਠ ਉੱਤੇ ਜਾਂ ਕਿਸੇ ਚੀਜ਼ 'ਤੇ ਕੋਈ ਚੀਜ਼ ਲੱਦੀ ਆ ਅਤੇ ਉਹ ਜ਼ੋਰ ਲਾ ਕੇ ਨਿਉਂ ਨਿਉਂ ਕੇ ਔਖਾ ਹੋ ਕੇ ਤੁਰ ਰਿਹਾ। ਇਸ ਤਰ੍ਹਾਂ ਹੀ ਅਸੀਂ ਪਾਪਾਂ ਦੇ ਭਾਰ ਨਾਲ ਔਖੇ ਹੋ ਕੇ ਜੀ ਰਹੇ। ਜਿੱਦਣ ਗੁਰੂ ਨੇ ਕਿਤੇ ਪਤਾ ਲੱਗ ਗਿਆ ਪਾਪਾਂ ਦੀ ਛੱਟ ਤੋਂ ਪਾਪ ਕਸੰਮਲ ਭੰਨੇ, ਜਿੱਦਣ ਸਾਰੇ ਪਾਪਾਂ ਦਾ ਭਾਰ ਦਾ ਘੜਾ ਭੰਨ ਦਿੱਤਾ ਅਤੇ ਉਹਦੇ ਨੇ ਮਾਰਨਾ ਚੌਂਕੜਾ, ਹੁਣ ਪਾਪਾਂ ਤੋਂ ਰਹਿਤ ਹੋ ਗਿਆ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕਰਨੇ, ਉਦਣ ਤੋਂ ਸੁਣਨਾ। ਅਜੇ ਤਾਂ ਅੰਦਰ ਉਲਝਿਆ ਹੈ ਵਿਚਾਰਾ, ਅੰਦਰ ਪਾਪਾਂ ਨਾਲ ਗੁਨਾਹਾਂ ਨਾਲ ਇਹ ਟਿਕਣਾ ਚਾਹੁੰਦਾ ਹੈ, ਉਹ ਜਿਹੜੀ ਸੌਂਕਣ ਆ ਉਹ ਭਾਂਡੇ ਖੜਕਾਉਂਦੀ, ਨਹੀਂ ਪਤਾ ਲੱਗਾ, ਐਵੇਂ ਨਾ ਸਿਰ ਲਾਇਓ। ਹਾਂਜੀ ਖਾਲਸਾ ਜੀ, ਪਤਾ ਲੱਗਾ ਸੌਂਕਣ ਕੀ? ਇੱਧਰੋਂ ਮੈਂ ਨਾਮ ਜਪਣ ਲੱਗਦਾ, ਉਹ ਖੋਟੀ ਬੁੱਧੀ ਜਿਹੜੀ ਵਿੱਚੋਂ ਭੱਜ ਕੇ ਆਉਂਦੀ, ਇੱਧਰ ਦੀ ਵੀ ਗੱਲ ਸੁਣੋ ਜੀ। ਪਤੀ ਤਾਂ ਇੱਕ ਹੀ ਹੈ ਨਾ, ਚੰਗੀ ਦਾ ਵੀ ਦਾ ਮਾੜੀ ਦਾ ਵੀ, ਜੇ ਦੋ ਘਰ ਵਿੱਚ ਰਹਿੰਦੀਆਂ ਤਾਂ ਪਤੀ ਤਾਂ ਇੱਕ ਨੂੰ ਕਹਿੰਦੀ ਹੈ ਨਾ।
ਜਰਾ ਕੁ ਚੰਗੀ ਜੁਣ ਲੱਗਦੀ ਉਹਦਾ ਹੋਰ ਤਾਂ ਕੋਈ ਜ਼ੋਰ ਨਹੀਂ ਚੱਲਦਾ ਵਿਚਾਰਾਂ ਦੇ ਭਾਂਡੇ ਖੜਕਾਉਂਦੀ। ਨਹੀਂ ਪਤਾ ਲੱਗ ਰਿਹਾ ਜੀ ਵਿਚਾਰਾਂ ਦੇ। ਜਿੱਦਣ ਕਿਤੇ ਗਰੀਬ ਨਿਵਾਜ ਨੇ ਦਇਆ ਕਰਤੀ ਉਹ ਚਿੱਤ ਜੁੜਨਾ ਹੈ ਜਿਹਨੂੰ ਭਾਈ ਸਾਹਿਬ ਪੜ੍ਹ ਕੇ ਗਏ ਜੇ ਕੋ ਕਰੇ ਚਿੱਤ ਚੀਤ ਸਕੀ ਨਹੀਂ ਬਾਵਰਿਆ। ਬੋਲੋ ਹਾਂ ਚਿੱਤ ਚੇਤ ਸਕੀ ਨਹੀਂ ਬਾਵਰਿਆ। ਮਨੇ ਪਾਗਲਾ ਉਸ ਰੱਬ 'ਚ ਚਿੱਤ ਕਿਉਂ ਨਹੀਂ ਜੋੜਦਾ? ਕਹਿੰਦਾ ਨਹੀਂ ਵੀ ਜੁੜਿਆ ਤਾਂ ਮੇਰਾ ਕੀ ਵਿਗੜਿਆ? ਹਾਜ਼ਰ ਹੋ ਗੁਰੂ ਕੇ ਸਿੱਖੋ ਧਿਆਨ ਨਾਲ, ਜੇ ਮੇਰਾ ਚਿੱਤ ਨਹੀਂ ਵੀ ਜੁੜਿਆ ਤਾਂ ਮੇਰਾ ਕੰਮ ਕਾਰ ਤਾਂ ਚੰਗਾ ਚੱਲਣ ਡਿਆ, ਪੈਸੇ ਵੀ ਚਾਰ ਹੈਗੇ ਕੋਲ, ਅੱਖ ਵਾਹਿਗੁਰੂ, ਦੇਹ ਵੀ ਰੋ ਗਿਆ, ਬੱਚੇ ਵੀ ਹੈਗੇ, ਗੱਡੀਆਂ ਵੀ ਹੈਗੀਆਂ, ਮੇਰਾ ਕੀ ਵਿਗੜ ਗਿਆ? ਹਾਜ਼ਰ ਰਹੋ, ਮੇਰਾ ਪਤਾ ਲੱਗ ਰਿਹਾ ਨਾ ਟਰੈਕ 'ਤੇ ਹੈ ਨਾ ਸੁਰ, ਮੇਰਾ ਕੀ ਵਿਗੜਿਆ? ਜਿਵੇਂ ਨਹੀਂ ਵੀ ਚੇਤਾ, ਜਿਹੜੇ ਚੇਤੇ ਕਰਦੇ ਉਹ ਵੀ ਰੋਟੀ ਖਾਂਦੇ, ਉਹ ਵੀ ਕੱਪੜਾ ਪਾਉਂਦੇ, ਮੈਂ ਨਹੀਂ ਚੇਤੇ ਕਰਦਾ, ਮੈਂ ਦਾੜੀ ਵੀ ਕੱਟੀ ਆ, ਮੈਂ ਕੇਸ ਵੀ ਕੱਟੇ ਨੇ, ਮੇਰਾ ਕੀ ਵਿਗੜਿਆ? ਮੇਰਾ ਬਾਬਾ ਦੱਸਦਾ ਹਰ ਬਿਸਰਤ ਤੇਰੇ ਗੁਣ ਗਲਿਆ। ਨੋਟ ਕਰੋ ਅਤੇ ਬੋਲੋ ਹਰ ਬਿਸਰਤ। ਤੈਨੂੰ ਨਹੀਂ ਪਾਗਲਾ ਪਤਾ ਲੱਗਾ, ਜਿੱਦਣ ਦਾ ਤੈਨੂੰ ਰੱਬ ਭੱਲੇ ਭੁੱਲਿਆ ਹੈ ਤੇਰੇ ਸ਼ੁਭ ਗੁਣ ਅੰਦਰ ਸੀ, ਤੇਰੇ ਅੰਦਰ ਵੀ ਇੱਕ ਪਾਣੀ ਬੰਬੀ ਦਾ ਹੈ, ਅੱਖ ਵਾਹਿਗੁਰੂ, ਇੱਕ ਬੰਬੀ ਦਾ ਪਾਣੀ ਆ ਉਹ ਫਸਲ ਨੂੰ ਹਰਿਆਂ ਭਰਿਆਂ ਕਰਦਾ ਹੈ, ਇੱਕ ਗੰਦ ਫੈਕਟਰੀ ਦਾ ਪੈਂਦਾ ਹੈ ਉਹ ਫਸਲ ਨੂੰ, ਜਿਹੜਾ ਸਾਡੀ ਭੈੜੀ ਬੁੱਧੀ ਦਾ ਅੰਦਰ ਗੰਦ ਪੈਂਦਾ ਉਹ ਚੰਗੇ ਗੁਣਾਂ ਨੂੰ ਗਾਲ ਦਿੰਦਾ ਹੈ, ਜਿਹੜਾ ਗੁਰੂ ਦੀ ਮੱਤ ਦਾ ਜਲ ਆਉਂਦਾ ਹੈ ਉਹ ਹਰਿਆ ਕਰ ਦਿੰਦਾ। ਵਾਹਿਗੁਰੂ 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 ਵਾਹਿਗੁਰੂ। ਜਿਉਂਦੇ ਰਹੋ, ਜੇ ਪਕੜ ਚ ਆ ਗਈ ਅਤੇ ਅਗਲਾ ਪ੍ਰਕਰਨ ਕਰਾਂ। ਉਹ ਤੋਂ ਪਹਿਲੋਂ ਗੁਰਮੁਖ ਹਾਰ ਚੱਲੇ, ਬੋਲੋ ਫਿਰ ਇੱਕ ਵਾਰ, ਅਤੇ ਜੱਗ ਜੀਤਾ, ਇਹਦਾ ਅਰਥ ਕੀ ਕਰਾਂਗੇ? ਕਰਨ ਤੂੰ ਦੱਸ, ਨਹੀਂ ਬਾਬਾ ਜੀ ਤੁਸੀਂ ਗੁਰਮੁਖ ਵੇਖੋ, ਉੱਥੇ ਸਪੈਲਿੰਗ ਚੰਗੀ ਤਰ੍ਹਾਂ ਪੜ੍ਹਿਓ। ਜਿਹੜੇ ਬੰਦੇ ਗੁਰੂ ਅੱਗੇ ਹਾਰ ਗਏ, ਪਤਾ ਲੱਗਿਆ ਜੀ ਗੁਰੂ ਅੱਗੇ ਆਪਣੀ ਬੁੱਧੀ ਮੱਤ ਬਲ ਸਭ ਕੁਝ ਹਾਰ ਗਿਆ, ਵੀ ਮੇਰੇ ਹੀ ਨਾਂ ਅਤੇ ਮੱਤ ਆ, ਨਾ ਮੇਰੀ ਬੁੱਧੀ ਆ ਨਾ ਮੇਰੇ 'ਚ ਸਮਰੱਥਾ, ਇਹ ਵਚਨ ਉਹ ਕਹਿੰਦਾ ਜਿਹੜਾ ਹਾਰ ਗਿਆ ਹੋਏ। ਜਿਹੜੇ ਜਿਹੜੇ ਗੁਰਮੁਖ ਆਣ ਕੇ ਗੁਰੂ ਦੇ ਅੱਗੇ ਹਾਰ ਗਏ, ਜੱਗ ਨੂੰ ਜਿੱਤ ਗਏ। ਚੰਗੀ ਤਰ੍ਹਾਂ ਚੇਤਾ ਕਰਿਓ, ਗੁਰਸਿੱਖੋ ਕਥਾ ਸੁਣਦਾ ਕੀਰਤਨ ਸੁਣਦਾ ਇਹ ਲਾਹਾ ਹੈ ਵੀ ਤੁਹਾਡੀ ਜ਼ਿੰਦਗੀ ਬਦਲੇ।
ਜੇ ਕੱਲ੍ਹ ਵੀ ਉਹੀ ਸੋ, ਰਾਤੀ ਵੀ ਕਥਾ ਸੁਣੀ ਸੀ, ਅੱਜ ਵੀ ਸੁਣਨੀ ਆ, ਕੱਲ੍ਹ ਵੀ ਸੁਣੋਗੇ, ਅਖ ਵਾਹਿਗੁਰੂ। ਭਾਈ ਸਾਹਿਬ ਕੀਰਤਨ ਕਰਨਗੇ, ਵੀਰ ਜੀ ਹੁਕਮਨਾਮਾ ਲੈਣਗੇ, ਗ੍ਰੰਥੀ ਸਾਹਿਬ ਰੋਜ਼ ਹੀ ਸੁਣਿਆ, ਹੁਕਮ ਹੁਕਮ ਧਿਆਨ ਦਿਓ, ਜੱਜ ਹੁਕਮ ਸੁਣਾਉਂਦਾ ਹੈ, ਅਖ ਵਾਹਿਗੁਰੂ, ਜੱਜ ਹੁਕਮ ਸੁਣਾਉਂਦਾ ਹੈ, ਮੈਂ ਤੈਨੂੰ ਹੁਕਮ ਦੇਣਾ, ਮੇਰਾ ਹੁਕਮ ਆ ਦੋ ਘੰਟੇ ਖੜ੍ਹਾ ਹੋ ਜਾ, ਤੂੰ ਬਰੀ ਹੈ। ਅਤੇ ਜਿਹਨੂੰ ਹੁਕਮ ਸੁਣਾਇਆ ਕੀ ਉਹ ਕਹਿੰਦਾ ਵੀ ਮੈਂ ਸਲਾਹ ਕਰਕੇ, ਮੈਨੂੰ ਨਹੀਂ ਪਤਾ ਲੱਗਾ। ਜਿਹੜਾ ਉਹਦੀ ਅਦਾਲਤ ਵਿੱਚ ਖਲੋਤਾ ਹੈ ਬੰਦਾ, ਜਿਹਨੂੰ ਜੱਜ ਨੇ ਕਿਹਾ ਵੀ ਮੇਰਾ ਹੁਕਮ ਆ ਵੀ ਤੂੰ ਦੋ ਘੰਟੇ ਇੱਥੇ ਖੜ੍ਹੇ ਰਹਿਣਾ, ਉਸ ਤੋਂ ਬਾਅਦ ਤੂੰ ਚੱਲ ਜਾ ਬਰੀ ਹੈ। ਕਦੀ ਜਿਹਦੇ ਉੱਤੇ ਹੁਕਮ ਹੋਇਆ ਉਹ ਕਹਿੰਦਾ ਵੀ ਮੈਂ ਸੋਚ ਕੇ ਮੰਨੂੰ, ਜਾਂ ਮੈਂ ਫੈਸਲਾ ਕਰੂੰ ਆਪਣੇ ਆਪ ਨਾਲ ਵੀ ਮੈਂ ਮੰਨਣਾ ਹੈ ਜਾਂ ਨਹੀਂ ਮੰਨਣਾ। ਕਦੀ ਇਸ ਤਰ੍ਹਾਂ ਦੀ ਅਦਾਲਤ ਵੀ ਵੇਖੀ ਜਾਏ? ਉਸ ਅਦਾਲਤ ਵਿੱਚ ਤਾਂ ਇਸ ਤਰ੍ਹਾਂ ਹੋ ਸਕਦਾ ਹੈ ਵੀ ਤੁਸੀਂ ਜੱਜ ਦੀ ਮੁੱਠੀ 'ਚ ਪੈਸੇ ਦਿੱਤੇ ਹੋਣ, ਅਖ ਵਾਹਿਗੁਰੂ, ਅਤੇ ਹੱਸ ਕੇ ਜੱਜ ਨੂੰ ਕਹਿ ਦਿਉ ਜੀ ਚੰਗਾ ਕੋਈ ਗੱਲ ਨਹੀਂ, ਮੈਂ ਫਿਰ ਵਿਚਾਰ ਕਰਕੇ ਕੱਲ੍ਹ ਨੂੰ ਆਊਂਗਾ, ਕੱਲ੍ਹ ਖਿਲਾਰ ਲਿਓ। ਇੱਥੇ ਤਾਂ ਫਰਮਾਨ ਤੇਰਾ ਬੋਲਿਆ ਨਹੀਂ, ਤੈਨੂੰ ਨਹੀਂ ਹੁੰਦੀ ਫੁਰਮਾਨ ਤੇਰਾ, ਹੇ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਤੂੰ ਫੁਰਮਾਨ ਕੀਤਾ ਗੁਰ ਸਤਿਗੁਰ ਕਾ ਜੋ, ਉੱਠ ਇਸ਼ਨਾਨ ਕਰੋ ਪਰਬਾਤੇ, ਤੇਰਾ ਫੁਰਮਾਨ ਹੋਇਆ। ਅਤੇ ਮੈਂ ਵਿਚਾਰ ਥੋੜ੍ਹਾ ਕਰੂੰਗਾ, ਉਸੇ ਘੜੀ ਤੋਂ ਮੇਰੇ 'ਤੇ ਆਰਡਰ ਲਾਗੂ ਹੋ ਗਿਆ, ਅਖ ਵਾਹਿਗੁਰੂ, ਫਿਰ ਨਾ ਕਰਤ ਫਿਰ ਵਿਚਾਰ ਕਰਦਾ। ਮੇਰੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਵੀ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਇੱਕ ਚੇਤਾ ਰੱਖਿਓ ਚੇਤ ਲਾ ਕੇ। ਅਤੇ ਆਪਾਂ ਇੱਥੇ ਸਾਰੇ ਸ਼ਬਦ ਨੂੰ ਛੱਡ ਦਿੰਦੇ, ਫਿਰ ਜਿੱਥੋਂ ਆਪਾਂ ਇਹ ਪੜ੍ਹ ਲਿਆ ਨਾ ਮਨ ਚਿੰਦਿਆ, ਅਤੇ ਅਸੀਂ ਆਏ ਵੀ ਇੱਥੇ ਇਸੇ ਕਰਕੇ ਹੁੰਦੇ ਹਾਂ। ਇੱਕ ਮੇਰੇ ਮਨ ਦੇ ਫਲ ਨੇ, ਇੱਕ ਮੇਰੇ ਫਲ ਆ, ਅਖ ਵਾਹਿਗੁਰੂ ਕੀ ਜੀ ਫਰਕ ਕੀ ਹੈ ਭਲਾ? ਤੂੰ ਸੁਣ ਦਿਓ ਧਿਆਨ ਨਾਲ, ਧਿਆਨ ਨਾਲ ਤੇਰੀ ਬੁੱਧੀ ਜਾਗਦੀ ਸ਼ਬਦ ਪ੍ਰਤੀ, ਥੋੜ੍ਹਾ ਜਿਹਾ ਮੈਨੂੰ ਦੱਸੋਗੇ ਮੈਂ ਫਰਕ ਪਾ ਗਿਆ। ਇੱਕ ਮਨ ਚਿੰਦੇ ਫਲ ਨੇ, ਅਖ ਵਾਹਿਗੁਰੂ, ਆ ਜੋ ਤੁਸੀਂ ਧੀਆਂ ਪੁੱਤਰ ਪਰਿਵਾਰ ਗੱਡੀਆਂ ਸੁੱਖ ਮੰਗਦੇ, ਇਹ ਮਨ ਦੇ ਫਲ ਨੇ, ਇਹ ਵੀ ਗੁਰੂ ਨੇ ਕਿਹਾ ਮਿਲਦੇ, ਅਖ ਵਾਹਿਗੁਰੂ। ਮਨ ਚਿੰਦਿਆ ਅੱਗੇ ਜਿਹੜਾ ਫਲ ਆ ਉਹ ਮਨ ਦਾ ਨਹੀਂ, ਸੇਵਾ ਕਰਨ ਨਾਲ ਹਉਮੈ ਵਿੱਚੋਂ ਜਿਹੜਾ ਅਗਲਾ ਵੀ ਫਲ ਆ ਉਹ ਵੀ ਮਨ ਨਾਲ ਸੰਬੰਧਿਤ ਨਹੀਂ, ਉਹ ਮੇਰੇ ਨਾਲ ਸੰਬੰਧਿਤ ਆ। ਮੈਨੂੰ ਰੋਗ ਲੱਗਾ ਹੈ ਹਉਮੈ ਦਾ, ਉਹ ਵੀ ਦੂਰ ਹੁੰਦਾ ਹੈ। ਅਤੇ ਜਿਹੜਾ ਤੀਸਰੇ ਸਟੈਪ ਵਿੱਚ ਬਾਬੇ ਨੇ ਦੱਸਿਆ ਉਹ ਜਿਹੜਾ ਫਲ ਆ ਉਹ ਕੀ ਆ? ਜੰਮਣ ਮਰਨਾ ਮਿਟ ਗਿਆ। ਹਾਜ਼ਰ ਹੋ ਅਤੇ ਬੋਲੋ, ਅਤੇ ਕਾਲੇ ਕਾ ਫਿਰ ਕਾਲ ਦਾ ਮੌਤ ਦਾ ਤੇਰੇ 'ਤੇ ਕੋਈ ਵੱਸ ਨਹੀਂ ਚੱਲਦਾ, ਤੂੰ ਮੌਤ ਤੋਂ ਆਜ਼ਾਦ ਹੋ ਜਾਂਦਾ ਹੈ। ਕਦੋਂ ਜੀ? ਜਦੋਂ ਸੇਵਾ ਕਰਦਾ, ਜਦੋਂ ਅਤੇ ਸੇਵਾ ਵੀ ਚਿੱਤ ਲਾ ਕੇ ਜਦਨ ਹੁੰਦੀ। ਅਤੇ ਮੈਂ ਇਹ ਫਿਰ ਆਖ ਦਵਾਂ, ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ, ਆਗਿਆ ਕੀ ਹੈ ਸਿੱਖ ਨੂੰ ਅੰਮ੍ਰਿਤ ਵੇਲੇ ਉੱਠਣਾ, ਸੁਣੋ ਗੁਰੂ ਕੇ ਸਿੱਖੋ, ਜੇ ਘੋਗੜੇ ਬਣਨਾ ਹੈ ਸੁਣ ਕੇ ਵੀ ਨਹੀਂ, ਉਹਨੂੰ ਆਉਂਦੇ ਘੋਗੜ, ਅਖ ਵਾਹਿਗੁਰੂ, ਸੁਣ ਕੇ ਵੀ ਨਾ, ਸੁਣਨ ਵਾਲੇ ਨੂੰ ਕਹਿੰਦੇ ਇਹਨੂੰ ਛੱਡੋ, ਇਹ ਤਾਂ ਘੋਗੜਿਆ ਬੰਦਾ, ਇਹਦੇ ਕੰਨ 'ਚ ਤਾਂ ਗੱਲ ਪੈਂਦੀ ਨਹੀਂ। ਜੇ ਪਰਮਜੀਤ ਸਿੰਘ ਤੂੰ ਘੋਗੜ ਬਣ ਕੇ ਰੋਜ਼ ਗੁਰਦੁਆਰੇ ਆਉਣਾ ਹੈ, ਅਖ ਵਾਹਿਗੁਰੂ, ਅਤੇ ਗੁਰੂ ਦੀ ਗੱਲ ਸੁਣਨੀ ਨਹੀਂ, ਮੰਨਣੀ ਤਾਂ ਅੱਗੇ ਆ ਨਾ, ਸੁਣਨੀ ਨਹੀਂ,
ਸੁਣਨੀ ਤਾਂ ਨਹੀਂ ਕਿ ਮੇਰੇ ਅੰਦਰ ਸ਼ੋਰ ਆ, ਮੇਰੇ ਅੰਦਰ ਗੱਲਾਂ ਨੇ, ਅਗਲਾ ਕਥਾ ਘੰਟਾ ਕਰ ਗਿਆ, ਅਗਲਾ ਕੀਰਤਨ ਕਰ ਗਿਆ, ਅਸੀਂ ਕੱਲ੍ਹ ਵੀ ਉਸ ਤਰ੍ਹਾਂ ਦੇ ਸਾਂ, ਅਸੀਂ ਅੱਜ ਵੀ ਉਸ ਤਰ੍ਹਾਂ ਦੇ ਆ, ਇਹ ਕਿਤਨਾ ਹੋ ਸਕਦਾ ਹੈ? ਇੱਕ ਬੰਦਾ ਸਰੋਵਰ ਵਿੱਚ ਆਖੇ ਮੈਂ ਵੜ ਕੇ ਆਇਆ, ਤੁਹਾਨੂੰ ਕੋਈ ਬਾਹਰ ਜਾ ਕੇ ਆਖੇ ਕਿੱਥੋਂ ਆਏ ਹੋ? ਆਖੋ ਵਾਹਿਗੁਰੂ ਕੀ ਪੁੱਛਿਆ? ਅਤੇ ਤੁਸੀਂ ਕੋਈ ਸੰਤ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਆਏ, ਇਹ ਸਤਸੰਗਤ ਕੀ ਹੈ? ਸੰਤ ਸਰੋਵਰ ਹੈ, ਸੰਤ ਸਰੋਵਰ ਨਹਾਵੇ ਸੋ ਜਨ ਪਰਮਗਤ ਪਾਵੇ, ਇਤਨਾ ਲਿਖਿਆ ਜੀ ਸੋਟ ਰਾਗ ਵਿੱਚ। ਅਤੇ ਤੁਸੀਂ, ਤੁਹਾਨੂੰ ਕੋਈ ਪੁੱਛੇ ਵੀ ਤੁਸੀਂ ਕਿੱਥੋਂ ਆਏ ਹੋ? ਕਹਿੰਦੀ ਸੰਤ ਸਰੋਵਰ ਵਿੱਚ। ਅਤੇ ਅਗਲਾ ਕੁਐਸਚਨ ਕਰਦਾ, ਕੱਪੜੇ ਤਾਂ ਤੇਰੇ ਸੁੱਕੇ ਨੇ, ਮੈਂ ਕਿਤਰਾ ਮੰਨਾਂ, ਮੈਂ ਕਿਤਰਾ ਮੰਨਾਂ ਵੀ ਸਰੋਵਰ ਚੁੱਭੀ ਲਾ ਕੇ ਆਇਆ, ਕੱਪੜੇ ਤਾਂ ਤੇਰੇ। ਕਦੀ ਇਸ ਤਰ੍ਹਾਂ ਦੀ ਕਹਾਣੀ ਆ ਸਕਦੀ? ਇੱਕ ਬੰਦਾ ਸਰੋਵਰ 'ਚੋਂ ਨਿਕਲਿਆ ਹੋਵੇ ਅਤੇ ਕੱਪੜੇ ਸੁੱਕੇ ਹੋਣ, ਜਿਹੜੇ ਤੇਰੇ ਵਿਚਾਰ ਰੂਪੀ ਕੱਪੜੇ ਨੇ, ਜਦੋਂ ਤੂੰ ਨਹੀਂ ਸੇ ਵੜਿਆ ਉਦੋਂ ਵੀ ਉਸ ਤਰ੍ਹਾਂ ਦੇ ਸੀ, ਜਦੋਂ ਤੂੰ ਸੰਗਤ 'ਚੋਂ ਬਾਹਰ ਗਿਆ ਉਦੋਂ ਵੀ ਵਿਚਾਰ, ਅਤੇ ਫਿਰ ਕੌਣ ਮੰਨੂੰਗਾ ਤੈਨੂੰ ਤੂੰ ਗੁਰਦੁਆਰੇ ਆਉਣਾ ਹੈ? ਇਸੇ ਕਰਕੇ ਲੋਕ ਗੁਰਦੁਆਰੇ ਆਉਣੋਂ ਹਟ ਗਿਆ। ਆਉਂਦਾ ਹਾਂ ਸਿੱਖ ਕਦੀ ਮਨ ਅਤੇ ਚਿੱਤ ਕਰਕੇ ਗੁਰਦੁਆਰੇ, ਅਤੇ ਕਾਗੋਂ ਹੰਸ ਕਰਕੇ ਮੇਰਾ ਗੁਰੂ ਭੇਜਦਾ ਹੈ। ਹੰਸ ਬਣਿਆ ਹੁੰਦਾ, ਦਸ ਬੰਦਿਆਂ ਦੀ ਸਭਾ ਬੈਠੀ ਹੁੰਦੀ, ਦੂਸਰੇ ਗੰਦ ਖਾਂਦੇ, ਇਹ ਮੋਤੀ ਚੁਗਦਾ, ਪਤਾ ਲੱਗਾ? ਦੂਸਰੇ ਚੁਗਲੀ ਨਿੰਦਾ ਦਾ ਗੰਦ ਖਾਂਦੇ, ਅਤੇ ਇਹ ਗੁਰੂ ਕਾ ਸਿੱਖ ਮੋਤੀ ਚੁਗਦਾ। ਉੱਥੇ ਵੀ ਗੱਲਾਂ ਰੱਬ ਦੀਆਂ ਆਪਣੀ ਸੁਰਤ 'ਚ ਕਰਦਾ, ਜੇ ਕੋਈ ਮਿਲ ਜਾਂਦਾ ਸਾਥੀ ਤਾਂ ਉਹਦੇ ਨਾਲ ਕਰਦਾ, ਨਹੀਂ ਤਾਂ ਇਕੱਲਾ ਹੀ ਸਵਾਸਾਂ 'ਚ ਵਾਹਿਗੁਰੂ 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 ਇਹ ਮੋਤੀ ਚੁਗਣੇ ਦੇ ਦੀ ਵਿਚਾਰ ਕਰਨ ਤੋਂ ਪਹਿਲਾਂ ਇੱਕ ਸਕਿੰਟ ਹੋਰ ਲੈਣਾ। ਉਹ ਵੇਖੇ ਜੀ ਅਸੀਂ ਅੰਮ੍ਰਿਤਧਾਰੀ, ਮੌਕਾ ਕਿਹਨੇ ਦਿੱਤਾ ਹੈ? ਸ਼ਾਬਾ ਸ਼ਾਬਾ ਬੋਲੋ, ਕੌਣ ਕਿਹਨੇ ਬੋਲਿਆ? ਅਸੀਂ ਦਿੱਤਾ ਹੈ ਸੱਚੀ ਮੁੱਚੀ। ਕਿਸੇ ਨੇ ਅੰਮ੍ਰਿਤਧਾਰੀ ਵੇਖਿਆ ਹੁੰਦਾ ਤੇ ਕੋਈ ਇਹ ਚੋਜਨਾ ਗਾਇੰਦਾ, ਸੁਣ ਰਹੇ ਪੁੱਤ ਇਹ ਗੱਲ ਨਾ ਕਰਦਾ, ਉਹ ਜਿਹਨੇ ਕੇਸਕੀ ਬੱਧੀ ਅਤੇ ਅੰਮ੍ਰਿਤ ਛਕਿਆ ਮੈਂ ਉਹ ਵੀ ਵੇਖੀ ਜੇ। ਮੈਂ ਕੈਨੇਡਾ ਦੇ ਵਿੱਚ ਕਥਾ ਕਰਕੇ ਆਇਆ, ਉੱਥੇ ਬਹੁਤ ਸਾਰੀਆਂ ਬੱਚੀਆਂ ਨੇ ਫੈਸ਼ਨ ਪ੍ਰਤੀ ਕੇਸਕੀਆਂ ਬੱਧੀਆਂ। ਇੱਕ ਤਾਂ ਭਾਗੀ ਇਸ ਤਰ੍ਹਾਂ ਦੀ ਵੀ ਨਿਕਲੀ, ਮੈਨੂੰ ਸ਼ਰਮ ਆਉਂਦੀ ਗੁਰੂ ਦੀ ਹਜ਼ੂਰੀ ਵਿੱਚ ਥੱਲੇ ਕੇਸ ਕੱਟੇ ਅਤੇ ਉੱਤੇ ਕੇਸਕੀ ਬੱਧੀ। ਫਿਰ ਲੋਕਾਂ ਨੂੰ ਮੌਕਾ ਮਿਲਦਾ ਹੈ ਕਹਿਣ ਦਾ, ਚੁਗਲੀ ਤਾਂ ਅੰਮ੍ਰਿਤਧਾਰੀ ਵੀ ਕਰਦੇ ਨੇ, ਨਿੰਦਾ ਤਾਂ ਅੰਮ੍ਰਿਤਧਾਰੀ ਵੀ ਕਰਦੇ ਨੇ, ਬੇਈਮਾਨੀ ਦਾ ਪੈਸਾ ਤਾਂ ਜਿਹੜੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਕਹਿੰਦੇ ਮੋਤੀ ਚੁਗਣ ਵਾਲੇ ਉਹ ਵੀ ਖਾਂਦੇ ਨੇ। ਕਿਤੇ ਨਾ ਕਿਤੇ ਆਪਣੇ ਚਿਹਰੇ ਤੋਂ, ਆਪਣੇ ਸਰੀਰ ਤੋਂ ਕੇਸ ਤਾਂ ਅੰਮ੍ਰਿਤਧਾਰੀ ਵੀ ਕਟਾਉਂਦੇ ਨੇ, ਅਸੀਂ ਵੇਖੇ ਆ ਜੀ ਸਾਰੇ। ਸਾਡੇ ਕਰਤਾਰ ਨੇ ਕਿਸੇ ਨੂੰ ਕਹਿਣ ਦੀ ਖੁੱਲ੍ਹ ਦਿੱਤੀ ਸੱਚੀ ਮੁੱਚੀ। ਜੇ ਭਾਈ ਤਾਰੂ ਸਿੰਘ ਵਰਗਾ ਕਦੀ ਜੀਵਨ ਕਿਸੇ ਦਾ ਹੁੰਦਾ, ਆਖੋ ਵਾਹਿਗੁਰੂ, ਅਤੇ ਜਿਹੜਾ ਕਹਿੰਦਾ ਇਸ ਟਿਊਨ 'ਚ ਨਾ ਕਹਿੰਦਾ, ਨਹੀਂ ਪਤਾ ਲੱਗਾ ਵੀ
ਇਹ ਟੀਰ ਨੇ ਨਾ ਜਿਹੜੀ ਅਸੀਂ ਵੇਖੇ ਜੀ ਅੰਮ੍ਰਿਤਧਾਰੀ, ਜੇ ਤਾਰੂ ਸਿੰਘ ਵਰਗਾ ਸਿੱਖ ਵੇਖਿਆ ਹੁੰਦਾ ਨਾ, ਕਹਿੰਦਾ ਸ਼ਬਦ ਇਹੋ ਹੀ ਹੁੰਦੇ ਮਗਰ ਭਾਵਨਾ ਕੋਈ ਹੋਰ ਹੁੰਦੀ। ਅਸੀਂ ਵੇਖਿਆ ਜੀ ਅੰਮ੍ਰਿਤਧਾਰੀ ਇੱਕ ਸਿੱਖ ਜਿਹਦੀ ਖੋਪਰੀ 'ਤੇ ਨੱਥ ਗਈ ਸੀ ਮਗਰ ਸਿੱਖੀ ਤੋਂ ਬੇਮੁੱਖ ਨਹੀਂ ਸੀ ਹੋਇਆ। ਅੱਜ ਜਿਹੜੀ ਟਿਊਨ ਆ ਉਹ ਇਹ ਆ ਵੀ ਇਹ ਗੁਰਦੁਆਰੇ ਸਿਰ ਹਿਲਾਉਣ ਵਾਲੇ ਹੋਰ ਨੇ ਅਤੇ ਸੁਭਾਵਾਂ ਵਿੱਚ ਬੈਠੇ ਅਖ ਵਾਹਿਗੁਰੂ ਸੁਭਾਵਾਂ ਵਿੱਚ ਬੈਠੇ ਸਾਧੋ ਰਚਨਾ ਰਾਮ ਬਣਾਈ ਸੁਭਾਵਾਂ ਵਿੱਚ ਬੈਠੇ। ਜਦੋਂ ਲੋਕਾਂ ਦੀ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਜੇ ਗੈਰ ਅੰਮ੍ਰਿਤਧਾਰੀਆਂ 'ਚ ਗਿਆ ਤਾਂ ਉਹੋ ਜਿਹੀਆਂ ਗੱਲਾਂ ਕਰਨ ਲੱਗ ਪਿਆ। ਧਿਆਨ ਦਿਓ, ਜੇ ਉੱਚੀ ਬੋਲੋ ਕੀ ਗੱਲ ਆ, ਆਪਣੀ ਤਾਂ ਕਹਾਣੀ ਹੈ। ਜੇ ਉੱਥੇ ਹਾਸੇ ਠੱਠੇ ਹੋਣ ਡਏ ਨੇ ਇਹ ਵੀ ਹੱਸਣ ਲੱਗ ਪਿਆ। ਅੱਖ ਵਾਹਿਗੁਰੂ ਦਿਖਾਉਣਾ ਅਤੇ ਰੰਗ ਉੱਥੇ ਆਪਣਾ ਸੀ, ਉਹਦੇ ਵਰਗਾ ਹੀ ਬਣ ਗਿਆ। ਅੱਖ ਵਾਹਿਗੁਰੂ ਇਹ ਜਾ ਕੇ ਗੁਰੂ ਕਾ ਸਿੱਖ ਵੀ ਹੰਸ ਵੀ ਉੱਥੇ ਜਾ ਕੇ ਸਿਫਤ ਸਲਾਹਣ ਛੱਡ ਕੇ ਅਤੇ ਕਰੰਗੀ ਲੱਗਾ ਹੰਸ ਇਹ ਵੀ ਉੱਥੇ ਕਰੰਗ ਖਾਣ ਲੱਗ ਪਿਆ, ਝੂਠ ਦਾ, ਨਿੰਦਾ ਦਾ, ਦੂਈ ਦਾ, ਦਵੈਤ ਦਾ, ਇਹ ਸਭ ਕੁਝ ਚੱਖਣ ਲੱਗ ਪਿਆ। ਮੇਰੀ ਹੱਥ ਜੋੜ ਕੇ ਬੇਨਤੀ ਆ, ਹੰਸ ਦਾ ਕੰਮ ਆ ਹੰਸਾਂ ਹੀਰਾ ਮੋਤੀ ਚੁਗਣਾ। ਬੋਲ ਦਿਓ ਸ਼ਬਦ ਹੀ ਕਥਾ, ਹੰਸਾਂ ਜਿਹੜੇ ਹੰਸ ਹੁੰਦੇ ਕੀ ਚੁਗਦੇ, ਹੀਰੇ ਮੋਤੀ ਕੀ ਨੇ? ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੀਸਰੇ ਸ਼ਬਦ ਦੀ ਅੱਜ ਵਿਚਾਰ ਕਰੀਏ, ਆਖੋ ਵਾਹਿਗੁਰੂ। ਪਹਿਲੇ ਦਿਨ ਕੀ ਸੀ ਸਾਧੋ, ਭੁੱਲ ਗਿਆ ਨਾ, ਨਾਲ ਰੱਖਿਆ ਕਰੋ। ਦੂਸਰਾ ਸ਼ਬਦ ਸੀ ਸਾਧੋ ਰਚਨਾ ਰਾਤੀ ਸੀ। ਅੱਜ ਵਾਲੇ ਸ਼ਬਦ ਵਿੱਚ ਸਰਕਾਰ ਨੇ ਆਖਿਆ ਵੀ ਇਹ ਜਿਹੜਾ ਪ੍ਰਾਣੀ ਹੈ, ਪ੍ਰਾਣੀ ਪ੍ਰਾਣਾਂ ਨਾਲ ਚੱਲਣ ਵਾਲੀ ਮਸ਼ੀਨਰੀ, ਪ੍ਰਾਣੀ ਆਖੋ ਵਾਹਿਗੁਰੂ। ਪ੍ਰਾਣੀ ਕਹੋ, ਸਾਰੀਆਂ ਗੱਲਾਂ ਚੇਤੇ ਆਉਂਦੀਆਂ, ਨਾਨੇ ਦੀ ਯਾਦ ਆ ਜਾਂਦੀ ਆਖੋ ਵਾਹਿਗੁਰੂ, ਚਾਚੇ ਦੀ, ਮਾਮੇ ਦੀ, ਸਾਰੀਆਂ ਯਾਦਾਂ ਆ ਜਾਂਦੀਆਂ, ਮਗਰ ਇੱਕ ਚੀਜ਼ ਨਹੀਂ ਚੇਤੇ ਆਉਂਦੀ, ਹਰ ਜਸ ਮਨ ਨਹੀਂ ਆਵੇ। ਕਿਤੇ ਵੀ ਏਅਰਪੋਰਟ 'ਤੇ ਵੀ ਬੈਠਾ ਹੈ ਨਾ ਅਤੇ ਫੋਨ ਕੱਢਿਆ, ਯਾਦ ਆ ਗਈ ਮਾਮੇ ਦੀ, ਚਾਚੇ ਦੀ, ਤਾਏ ਦੀ, ਘਰ ਵਾਲੀ ਨੂੰ, ਘਰਦੇ ਦੀ ਆ ਗਈ, ਘਰਦੀ ਨੂੰ, ਘਰ ਵਾਲੇ ਦੀ ਆ ਗਈ, ਆਖੋ ਵਾਹਿਗੁਰੂ। ਨੋਟ ਕਰਿਓ, ਇਹਨੂੰ ਹਰੀ ਦਾ ਜਸ ਚੇਤੇ ਨਹੀਂ ਆਉਂਦਾ। ਏਅਰਪੋਰਟ 'ਤੇ ਬੈਠਾ ਕਹਿੰਦਾ ਲੋਕ ਤਾਂ ਆਪਾਂ ਬੜੇ ਰੰਗ ਰਾਜ 'ਚ ਲੱਗੇ, ਮੈਂ ਤਾਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਾਂ। ਸੱਜਣਾ, ਤੇਰੇ ਗੁਰੂ ਨੇ ਤਾਂ ਕਿਹਾ ਵਾ ਦਮ ਦਮ ਸਦਾ ਸੰਭਾਲਦਾ, ਉੱਚੀ ਬੋਲਿਆ ਕਰੋ, ਦਮ
ਤੇ ਮਹਾਰਾਜ ਪਾਤਸ਼ਾਹ ਵਿਅਰਥ ਕਿਸ ਤਰ੍ਹਾਂ ਜਾਂਦੇ? ਕਹਿੰਦੇ ਜੋ ਦਮ ਚੇਤਨਾ ਆਵੇ ਸੋ ਦਮ ਬਿਰਥਾ ਜਾਏ। ਤੇ ਤੂੰ ਤੇ ਉੱਥੇ 2 ਘੰਟੇ ਏਅਰਪੋਰਟ 'ਤੇ ਬੈਠਾ ਰਿਹਾ ਤੇ ਤੈਨੂੰ ਤੇ ਚੇਤਾ ਹੀ ਨਹੀਂ ਆਇਆ। ਫਿਰ ਦੱਸ, 1 ਘੰਟੇ ਦਾ 1000 ਸਵਾਸ ਨਿਕਲਦਾ ਸਰੀਰ ਦੇ ਵਿੱਚੋਂ 24 ਘੰਟਿਆਂ 'ਚ 24000 ਨਿਕਲਦੇ। ਜੇ 1 ਘੰਟਾ ਤੂੰ ਜਾਂ 2 ਘੰਟੇ ਬੈਠੋ ਤਾਂ ਸੱਜਣਾ 2000 ਸਵਾਸ ਤੂੰ ਇੱਧਰ ਉੱਧਰ ਵੇਖ ਕੇ ਬਰਬਾਦ ਕੀਤੇ। ਕਦੀ ਕਿਸੇ ਨੂੰ ਵੇਖਿਆ, ਕਦੀ ਕਿਸੇ ਨੂੰ ਵੇਖਿਆ। ਮਹਾਰਾਜ ਪਾਤਸ਼ਾਹ ਕਹਿੰਦੇ ਪ੍ਰਾਣੀ ਕਹੋ ਹਰ ਜਸ ਮਨ ਨਹੀਂ ਆਵੇ। ਮਹਾਰਾਜ ਕਿਉਂ ਨਹੀਂ ਆਉਂਦਾ? ਕਹਿੰਦੇ ਐਨ ਸਮਗਨ ਰਹੇ ਮਾਇਆ ਮੈਂ। ਉੱਚੀ ਬੋਲੋ, ਐਨਸ ਦਾ ਮਤਲਬ ਦਿਨ ਰਾਤ ਇੱਕੇ ਚੀਜ਼ 'ਚ ਮਗਨ ਆ। ਕਾਹਦੇ 'ਚ? ਤੁਸੀਂ ਕਹੋ ਜੀ ਉੱਥੇ ਘਰ ਆਣ ਕੇ ਥੋੜ੍ਹਾ ਮੈਂ ਮਾਇਆ ਨਾਲ ਮਗਨ ਆ। ਬੱਚੇ ਵੀ ਆਖੋ ਵਾਹਿਗੁਰੂ, ਘਰ ਵੀ ਜਦੋਂ ਤੋਂ ਲੰਮੇ ਪਿਆ ਘਰ ਦੀ ਛੱਤ ਵੇ ਨਾ ਨਾ ਪੇਂਟ ਹੋਣ ਵਾਲਾ ਫੇਰ ਹੋ ਗਿਆ, ਇਹ ਵੀ ਮਾਇਆ ਹੈ। ਜਦੋਂ ਤੁਸੀਂ ਸ਼ੀਸ਼ੇ 'ਚ ਖਲੋ ਕੇ ਆਪਣੇ ਮੂੰਹ ਮਾਂ ਨੂੰ ਚੰਗੀ ਤਰ੍ਹਾਂ ਵੇਹਣਾ, ਇਹ ਵੀ ਮਾਇਆ ਹੈ। ਜੇ ਪੁੱਤਰ ਨੂੰ ਖਿਡਾਉਣਾ, ਇਹ ਵੀ ਮਾਇਆ। ਧੀ ਨੂੰ ਖਿਡਾਉਣਾ, ਇਹ ਵੀ ਮਾਇਆ। ਐਨਸ ਮਗਨ ਰਹੇ ਮਾਇਆ ਮੈਂ, ਜਿਹੜਾ 24 ਘੰਟੇ ਮਾਇਆ ਵਿੱਚ ਮਗਨ ਆ। ਸਾਹਿਬ ਕਹਿੰਦੇ ਕਹੋ ਕੈਸੇ ਗੁਣ ਗਾਵੇ, ਕਹੋ ਨਵੇਂ ਪਾਤਸ਼ਾਹ ਕੁਐਸਚਨ ਕਰਦੇ। ਕਹਿੰਦੇ ਦੁਨੀਆਂ ਦੇ ਲੋਕੋ ਦੱਸੋ, ਜਿਹੜਾ 24 ਘੰਟੇ ਫਸਿਆ ਹੈ ਉਹ ਰੱਬ ਦਾ ਨਾਮ ਕਿਸ ਤਰ੍ਹਾਂ ਜਪ ਲਿਓ? ਆਖੋ ਵਾਹਿਗੁਰੂ। ਸੁਖਮਨੀ ਸਾਹਿਬ ਪੜ੍ਹਦੇ ਹੋ, ਮੋਹ ਮਾਇਆ ਕੇ ਸੰਗ ਨਾ ਲੇਪ, ਜਿਹੜਾ ਇੱਥੇ ਨਹੀਂ ਫਸਿਆ ਉਹ ਮਨ ਮੈਂ ਰੱਖੈ। ਜਿਹੜਾ ਫਸਿਆ ਨਹੀਂ ਉਹ ਹੀ ਮਨ ਵਿੱਚ ਇਹ ਰੱਖੂਗਾ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ। ਹੁਣ ਆਪਾਂ ਹੱਥ ਜੁੜ ਕੇ ਪੁੱਛੀਏ, ਜੇ ਤਾਂ ਸੁਚੇਤ ਹੋ ਤੇ ਥੱਕੇ ਨਹੀਂ ਤੇ ਆਪਣੀ ਮਨ ਨੂੰ ਤਾਜ਼ਾ ਕਰਕੇ ਰੱਖੋ ਗੁਰੂ ਦੇ ਕੋਲ, ਕਿਉਂਕਿ ਸਾਹਿਬ ਮੇਰਾ ਇਹ ਨਿੱਤ ਘੜੀ ਘੜੀ ਨਵਾਂ ਹੈ। ਅਸੀਂ 1 ਘੰਟਾ ਵੇਖ ਕੇ ਪੁਰਾਣੇ ਹੋ ਗਏ, ਥੱਕ ਗਏ। ਕਦੀ ਇਹ ਵੀ ਥੱਕਿਆ 48 ਘੰਟੇ ਪਾਠੀ 2-2 ਘੰਟੇ ਬਾਅਦ ਬਦਲਦਾ ਹੈ, ਮੈਨੂੰ ਰੈਸਟ ਚਾਹੀਦੀ, ਇਹਨੂੰ ਤਾਂ ਨਹੀਂ ਚਾਹੀਦੀ, ਮੇਰੇ ਸਾਹਿਬ ਨੂੰ ਨਹੀਂ ਚਾਹੀਦੀ। ਕਿ ਤਾਂ ਇੱਥੋਂ ਪਤਾ ਲੱਗਾ ਵੀ ਇਹ ਨਾ ਥੱਕਦਾ ਨਾ ਅੱਕਦਾ ਨਾ ਸੌਂਦਾ, ਪਤਾ ਲੱਗਾ ਜੀ। ਆਖੋ ਵਾਹਿਗੁਰੂ। ਫਿਰ ਪੁੱਛਿਆ, ਸੁਚੇਤ ਰਹੋ। ਫਿਰ ਪੁੱਛਿਆ ਮਹਾਰਾਜ, ਇਹ ਜਿਹੜਾ ਤੁਸੀਂ ਮਾਇਆ ਦਾ ਜ਼ਿਕਰ ਕੀਤਾ ਵੀ ਐਨ ਸਮਗਨ ਰਹੇ, ਮਾਇਆ ਦਾ ਨਾਮ ਤਾਂ ਦੱਸੋ ਸਾਨੂੰ, ਮਾਇਆ ਕਿਹੜੀ? ਆਜਰੋ ਪੂਤ ਪੁੱਤ ਰੂਪੀ ਮਾਇਆ, ਮੀਤ ਮਿੱਤਰ ਰੂਪੀ ਮਾਇਆ, ਮਮਤਾ ਸਿਉਂ। ਇਹਨਾਂ ਦੀ ਮਮਤਾ ਜਦੋਂ ਫਸਿਆ ਹੈ ਨਾ ਤਾਂ ਸਮਝ ਲਓ ਕਾਹਦੇ 'ਚ ਫਸਿਆ? ਮਾਇਆ 'ਚ ਫਸਿਆ। ਹਾਜ਼ਰ ਹੋ ਚੰਗੀ ਤਰ੍ਹਾਂ, ਸੁਚੇਤ ਹੋ ਕੇ ਫੋਸ ਕਰੋ ਉਹ ਗੱਲ 'ਤੇ। ਕੀ ਪੁੱਛਿਆ ਸੀ ਆਪੇ ਵੀ ਮਾਇਆ ਹੈ ਕਿਹੜੀ? ਨਵੇਂ ਪਾਤਸ਼ਾਹ ਕਹਿੰਦੇ ਆਪ ਖਾਵਾਂ, ਪੂਤ ਮੀਤ ਮਾਇਆ ਮਮਤਾ ਸਿਉਂ, 24 ਘੰਟੇ ਇਹ ਵਿਧ ਆਪ ਬੰਧਾਵੇ। ਇਸ ਤਰੀਕੇ ਨਾਲ ਇਹਨੇ ਆਪਣੇ ਆਪ ਨੂੰ ਬੰਨਿਆ ਪਿਆ।
ਕਉ ਕੈਸੇ ਗੁਣ ਗਾਵੇ ਕਉ। ਇੱਕ ਬੰਦਾ ਮੂੰਹ ਮਾਇਆ ਚ ਵੱਜਿਆ, ਕਉ ਕੈਸੇ ਗੁਣ ਗਾਵੇ ਕਉ। ਮਹਾਰਾਜ ਕੀ ਕਰਦਾ ਹੈ, ਮਿਰਗ ਤ੍ਰਿਸ਼ਨਾ ਜਿਉ ਝੂਠੋ ਇਹ ਜੱਗ ਨਹੀਂ ਪਤਾ ਲੱਗਾ। ਮਿਰਗ ਤ੍ਰਿਸ਼ਨਾ ਕੀ ਹੁੰਦੀ, ਹਰਨ, ਹਰਨ ਦਾ ਨਾਂ ਸੁਣਿਆ, ਉਹਨੂੰ ਮਿਰਗ ਕਹਿੰਦੇ। ਉਹ ਕੀ ਕਰਦਾ ਹੈ ਵੀ ਰੇਤ ਵਿੱਚ ਦੌੜਦਾ ਹੈ, ਉਹਨੂੰ 10 ਕਦਮ ਦੇ ਉੱਤੇ ਰੇਤ ਦੀ ਜਗ੍ਹਾ 'ਤੇ ਉਹਨੂੰ ਲੱਗੀ ਪਿਆਸ। ਆਖੋ ਵਾਹਿਗੁਰੂ ਕਿਹਨੂੰ, ਮਿਰਗ ਨੂੰ, ਹਰਨ ਨੂੰ। ਉਹਨੂੰ 10 ਕਦਮ 'ਤੇ ਇਸ ਤਰ੍ਹਾਂ ਲੱਗਦਾ ਹੈ ਵੀ ਪਾਣੀ ਹੈ। ਜਦੋਂ 10 ਕਦਮ ਉੱਥੇ ਭੱਜ ਕੇ ਜਾਂਦਾ ਹੈ, ਉੱਥੇ ਪਾਣੀ ਹੁੰਦਾ ਨਹੀਂ, ਕਹਿੰਦਾ ਅੱਗੇ ਆ। ਇਹੀ ਤੁਹਾਡੀ ਮੇਰੀ ਸਟੋਰੀ ਹੈ, ਚੰਗੀ ਤਰ੍ਹਾਂ ਵੇਖ ਲਿਓ। ਪੈਂਦੋ ਕਹਿੰਦੇ ਸੋ ਵੀ ਰੱਬ ਮੈਨੂੰ ਪੁੱਤ ਦੇ ਦੇ, ਫਿਰ ਮੈਂ ਕੁਝ ਮੰਗਣਾ ਹੀ ਨਹੀਂ। ਹੁਣ ਪੁੱਤ ਦੇ ਦਿੱਤਾ, ਪੁੱਤ ਦਾ ਵਿਆਹ ਹੋ ਗਿਆ, ਹੁਣ ਤੂੰ ਤਰਲੇ ਪਾਉਣਾ ਹੈ, ਪੁੱਤਰਾ ਦੇ ਦੇ। ਜਿਹੜੇ ਸੁੱਖ ਪੁੱਤ ਨੇ, ਪੁੱਤ ਨੂੰ ਤੂੰ ਹੰਢਾ ਕੇ ਵੇਖ ਲਿਆ, ਜਿਹੜੇ ਸੁੱਖ ਤੈਨੂੰ ਪੁੱਤ ਨੇ ਨਹੀਂ ਦਿੱਤੇ, ਉਹਨਾਂ ਸੁੱਖਾਂ ਦੀ ਇੱਛਤਾ ਤੂੰ ਰੱਖਦਾ ਪੋਤਰੇ ਕੋਲੋਂ, ਨਹੀਂ ਪਤਾ ਲੱਗਦਾ। ਆਉਂਦੇ ਨਹੀਂ ਮੂਲ ਨਾਲੋਂ ਪਿਆਰਾ ਲੱਗਣਾ ਸ਼ੁਰੂ ਹੋ ਜਾਂਦਾ, ਵੀ ਜੇ ਇੱਥੋਂ ਨਹੀਂ ਇਹਨੂੰ ਪਾਲੀਏ, ਪੋਤਰਾ ਹੋ ਸਕਦਾ ਹੈ ਵੱਡਾ ਹੋ ਕੇ ਮੈਨੂੰ ਉਹ ਸੁੱਖ ਦੇ ਜਿਹੜੇ ਮੇਰੇ ਪੁੱਤ ਨੇ ਨਹੀਂ ਦਿੱਤੇ। ਵੇਖਿਓ ਕਦੀ ਦਾਦਾ ਬਹੁਤਾ ਪੋਤਰੇ ਨਾਲ ਪਿਆਰ ਕਰਦਾ, ਪੁੱਤ ਨੂੰ ਬੁਲਾਉਣਾ ਛੱਡ ਦਿੰਦਾ ਥੋੜ੍ਹਾ ਥੋੜ੍ਹਾ, ਕਦੀ ਬੁਲਾਏ ਫਤਿਹ ਹੋਈ, ਉੱਥੋਂ ਅਟੈਚਮੈਂਟ ਹਟ ਗਈ, ਪੋਤਰੇ ਨਾਲ ਜੁੜ ਗਈ। ਜਿਸ ਤਰ੍ਹਾਂ ਉਹ ਉੱਥੇ ਦੌੜ ਕੇ ਗਿਆ ਅਤੇ ਉਹਨੂੰ ਉੱਥੇ ਕੁਛ ਨਾ ਮਿਲਿਆ, ਹਰਨ ਨੂੰ 10 ਕਦਮ ਅੱਗੇ ਦੱਸਣ ਲੱਗ ਪਿਆ, ਇਸ ਤਰ੍ਹਾਂ ਹੀ ਤੁਸੀਂ ਅਤੇ ਮੈਂ ਮੋਹ ਮਾਇਆ ਦੇ ਵਿੱਚ ਬੱਝੇ ਅੱਗੇ ਅੱਗੇ ਅੱਗੇ। ਦੇਖ ਤਾਸ ਉੱਠ ਧਾਵੈ, ਉੱਧਰ ਨੂੰ ਫਿਰ ਭੱਜ ਪੈਂਦੇ, ਹੁਣ ਪੋਤਰੇ ਵੱਲ ਜਾਈਏ। ਸਹਿਸ ਖੱਟੇ, ਪਹਿਲੋਂ ਇਹ ਤ੍ਰਿਸ਼ਨਾ ਸੀ ਕਿਤੇ ਮੈਂ $1,000 ਮੈਨੂੰ ਆ ਜਾਏ, ਆਖੋ ਵਾਹਿਗੁਰੂ 1,000 ਆ ਗਿਆ, ਸ਼ਾਂਤੀ ਆ ਗਈ। ਮਿਰਗ ਦੀ ਤ੍ਰਿਸ਼ਨਾ, ਹਰਨ ਦੀ, ਉੱਥੇ ਪਾਣੀ ਆ। ਇਹ ਕਹਿੰਦਾ ਹਜ਼ਾਰ ਵਿੱਚ ਸ਼ਾਂਤੀ, ਜਿਹਨਾਂ ਲੋਕਾਂ ਕੋਲ $1,000 ਆ ਉਹਨਾਂ ਕੋਲ ਸ਼ਾਂਤੀ ਆ। ਹੁਣ ਕੀ ਕਹਿੰਦਾ, ਜਿਹਨਾਂ ਕੋਲ 1,00,000 ਆ ਉਹਦੇ ਕੋਲ ਸ਼ਾਂਤੀ, 1,00,000 ਤੇ ਪਹੁੰਚੂਗਾ, ਕਹਿੰਦਾ ਨਹੀਂ ਨਹੀਂ, ਮਿਲੀਅਨ ਬਿਲੀਅਨ ਡਿਲੀਅਨ। ਤੈਨੂੰ ਇਹ ਨਹੀਂ ਪਤਾ, ਹਰਨ ਸਾਰਾ ਜੀਵਨ ਭੱਜ ਭੱਜ ਕੇ ਮਰ ਜਾਂਦਾ ਹੈ, ਮਗਰ ਉਹਨੂੰ ਸ਼ਾਂਤੀ ਨਹੀਂ ਮਿਲਦੀ। ਤੂੰ ਵੀ ਬੰਦਿਆ, ਇੱਥੋਂ ਬਿਨਾਂ ਕਿਤੇ ਸ਼ਾਂਤੀ ਨਹੀਂ। ਰਸਨਾ ਗੁਣ ਗੋਬਿੰਦ ਨਿਤ ਗਾਇਣ, ਅੱਗੇ ਪੜ, ਸ਼ਾਂਤ ਸਹਿਜ ਇੱਥੇ ਮਿਲਣਾ ਹੀ। ਰਹੱਸ ਮਨ ਉਪਜਿਓ ਸਗਲੇ ਦੁੱਖ, ਇੱਥੇ ਭੋਗ ਪੈਣਾ ਹੀ ਸਾਰੀ ਗੱਲ ਦਾ। ਜਿੱਦਣ ਵਾਹਿਗੁਰੂ 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 ਵਾਹਿਗੁਰੂ, ਇੱਥੇ ਸੁੱਖ ਆ ਵਾਹਿਗੁਰੂ ਵਾਹਿਗੁਰੂ, ਜੇ ਸੁਰਤ ਜੁੜ ਗਈ ਤਾਂ ਵਾਹਿਗੁਰੂ 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 ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਉਹਦੇ ਪਿੱਛੇ ਭੱਜਾ ਭੱਜਾ ਫਿਰਦਾ, ਗਲਤੀ ਕੀ ਕਰ ਗਿਆ? ਜਿਸ ਤਰ੍ਹਾਂ ਉਹ ਪਾਣੀ ਦੀ ਪਲਾਤ ਵਿੱਚ ਨਿਕਲਿਆ, ਗਲਤੀ ਕਰ ਗਿਆ, ਪਾਣੀ ਉਹਨੂੰ ਲੱਭਿਆ ਨਹੀਂ ਅਤੇ ਦਮ ਤੋੜ ਗਿਆ, ਇਸ ਤਰ੍ਹਾਂ ਹੀ ਸਾਡਾ ਜੀਵਨ। ਅਸੀਂ ਸਾਰਾ ਜੀਵਨ ਭੱਜੇ ਫਿਰਦੇ ਹਾਂ ਸ਼ਾਂਤੀ ਦੀ ਭਾਲ ਵਿੱਚ, ਕਦੀ ਕਿਤਿਓਂ ਕਦੀ ਕਿਤਿਓਂ ਕਦੀ ਕਿਤਿਓਂ, ਛੋਟੇ ਘਰ 'ਚ ਨਹੀਂ ਮਿਲੀ ਵੱਡੇ ਘਰ ਲੈ ਲਈਏ, ਆਖੋ ਵਾਹਿਗੁਰੂ, ਵੱਡੇ ਘਰ 'ਚ ਉੱਧਰ ਤੋਂ ਨਹੀਂ ਮਿਲੀ, ਉੱਥੋਂ ਚੰਗਾ ਹੋਰ ਜੰਗਲ ਵਿੱਚ ਵੱਡਾ ਘਰ ਲੈ ਲਈਏ। ਮੈਂ ਤਾਂ ਇੱਕ ਹੋਰ ਅਨੁਭਵ ਸਤਿਗੁਰੂ ਤੁਹਾਡੇ ਚਰਨਾਂ ਸਦਕਾ ਕੀਤਾ ਹੈ, ਆਖੋ ਵਾਹਿਗੁਰੂ, ਜਿੱਦਣ ਕੋਈ ਸਮੁੰਦਰ ਦੇ ਕੰਢੇ ਦਾ ਝੀਲ ਦੇ ਕੰਢੇ 'ਤੇ ਕਰ ਲੈਂਦਾ ਹੈ, ਪਕੜੋਗੇ ਕੀ ਸੋਚ ਕੇ ਲੈਂਦਾ? ਵੀ ਕਿਸੇ ਨਾ ਕਿਸੇ ਦਿਨ ਜਿੱਦਣ ਆਪਾਂ ਵਿਹਲੇ ਹੋਵਾਂਗੇ ਅਤੇ ਕੌਫੀ ਦਾ ਕੱਪ ਲੈ ਕੇ, ਉਹ ਜਿਹੜੀ ਗੈਲਰੀ ਜੀ ਬਾਹਰ ਬਾਹਰ ਨੂੰ ਨਹੀਂ ਵਧੀ ਹੁੰਦੀ, ਝੀਲ ਵਾਲੇ ਪਾਸੇ ਨੂੰ, ਉੱਥੇ ਕੁਰਸੀ 'ਤੇ ਐਂ ਲੱਕ ਟੇਢਾ ਕਰਕੇ ਬਹਿ ਕੇ ਕੌਫੀ ਪੀਵਾਂਗੇ ਸ਼ਾਂਤੀ ਨਾਲ। ਮੇਰਾ ਆਪਣਾ ਨਿੱਜੀ ਤਜਰਬਾ, ਮੈਂ ਬਹੁਤ ਸਾਰੇ ਲੋਕ ਵੇਖੇ ਜਿਨ੍ਹਾਂ ਨੇ ਇੰਨੇ ਇੰਨੇ ਸੁੰਦਰ ਘਰ ਲੈ, ਬਹਿਣ ਦਾ ਮੌਕਾ ਨਹੀਂ ਮਿਲਿਆ। ਬੰਦਿਆ ਇਸ ਗੱਲ ਨੂੰ ਚੰਗੀ ਤਰ੍ਹਾਂ, ਗੁਰਚਰਨ ਸਿੰਘ ਸੁਚੇਤ ਰਹੋ, ਬੰਦਿਆ ਇਸ ਗੱਲ ਨੂੰ ਚੰਗੀ ਤਰ੍ਹਾਂ ਸੋਚ। ਮੈਂ ਨਹੀਂ ਵੇਖਿਆ ਜਿਹਨੇ ਇੰਨਾ ਸੁੰਦਰ ਘਰ ਲਿਆ ਹੋਵੇ ਅਤੇ ਕਦੀ ਬਹਿ ਕੇ ਸ਼ਾਂਤ ਬੈਠਾ ਹੋਵੇ। ਸ਼ਾਂਤੀ ਤੇ ਸੰਤਨ ਕੀ ਝੁਗੀਆਂ ਭਲੀ, ਬੋਲੋ ਹਾਂ ਫਿਰ ਬੋਲੋ, ਝੁਗੀਆਂ ਪਾਠ ਕੁਸੱਤੀ ਗਾਓਂ। ਜਿਹੜੇ ਇਹ ਝੂਠੇ ਗਾਓਂ ਨੇ, ਸ਼ਹਿਰ ਨੇ, ਘਰ ਨੇ, ਇਹ ਝੂਠੇ ਜਿਹੜੇ ਆ ਨਾ, ਇਹ ਭੱਠੀਆਂ ਵਰਗੇ ਨੇ। ਆਗ ਲੱਗੋ ਤੇ ਧੌਲ ਹਰ, ਅੱਗ ਲੱਗ ਜਾਏ ਵੱਡੇ ਵੱਡੇ ਘਰਾਂ ਨੂੰ ਜੇ ਨਾ ਹੀ ਹਰ ਕੋ ਨਾ, ਬੋਲੋ ਭਲਾ ਕੀ ਕਹੋਗੇ? ਘਰ ਜਾ ਕੇ ਪਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਅੱਗ ਲੱਗ ਜਾਏ ਏਡੇ ਏਡੇ ਵੱਡੇ ਘਰਾਂ ਨੂੰ ਜਿੱਥੇ ਕੋਈ ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਇਹ ਸਾਰੀਆਂ ਭੁੱਲਾਂ ਕਿਉਂ ਹੋਈਆਂ ਜਿੰਦ ਕੋਲੋਂ? ਇਹਨੇ ਜੀਵਾਤਮਾ ਨੇ ਭੁੱਲਾਂ ਕਿਉਂ ਕੀਤੀਆਂ? ਕਹਿੰਦੇ ਭੁਗਤ ਮੁਗਤ ਕਾ ਕਾਰਨ ਸਵਾਮੀ, ਭੁਗਤ ਕਾਰਨ, ਭੁਗਤ ਦਾ ਭੋਗਾਂ ਦਾ, ਮੁਕਤੀ ਦਾ, ਸਾਰਿਆਂ ਦਾ ਕਾਰਨ ਕਿਹਨੇ ਬਣਨਾ ਸੀ? ਵਾਹਿਗੁਰੂ ਦੇ ਨਾਮ ਨੇ। ਅਤੇ ਇੱਥੇ ਲਿਖਿਆ ਮੂੜ ਤਾਂ ਹੀ ਵਿਸਰਾਵੇ, ਪਕੜੋ ਬੋਲੋ, ਇਹ ਮੂਰਖ ਉਹਨੂੰ ਭੁੱਲ ਕੇ ਬੈਠਾ ਹੈ ਅਤੇ ਮੰਗਦਾ ਹੈ ਮੈਨੂੰ ਮੁਕਤੀ ਮਿਲ ਜਾਏ, ਆਖੋ ਵਾਹਿਗੁਰੂ, ਮੂੜ ਤਾਂ ਹੈ। ਮਹਾਰਾਜ ਕੋਲ ਪਾਰ ਵੀ ਲੰਘਿਆ, ਕੋਈ ਇਸ ਤਰ੍ਹਾਂ ਦਾ ਵੀ ਜਿਹਨੂੰ ਚੇਤਾ ਨਹੀਂ ਭੁੱਲਾ? ਕਹਿੰਦੇ ਜਨ ਨਾਨਕ ਕੋਟਨ ਮੈਂ ਕਉ, ਕੋਟਨ ਮੈਂ ਕਉ, ਮਤਲਬ ਕਰੋੜਾਂ ਵਿੱਚੋਂ ਕੋਈ ਜੀਵ ਆਤਮਾ ਆਉਂਦੀ, ਭਜਨ ਰਾਮ ਕੋ ਪਾਵੇ, 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 ਭਜਨ ਰਾਮ
ਨਾਨਕ ਕੋਟਨ ਮੈਂ ਕੋ ਜਨ ਨਾਨਕ ਕੋਟਨ ਮੈਂ ਕੋ ਜਨ ਪਤਾ ਲੱਗਾ ਹੈ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਕਰੋੜਾਂ ਵਿੱਚੋਂ ਕੋਈ ਇੱਕ ਹੁੰਦਾ ਜਿਹੜਾ ਰਾਮ ਦੇ ਨਾਮ ਨਾਲ ਝੋਲੀ ਭਰਦਾ ਅਤੇ ਕਹਿੰਦਾ ਸ਼ਾਂਤੀ ਇੱਥੇ ਹੈ। ਬਾਬਾ ਅਮਰਦਾਸ ਮਹਾਰਾਜ ਇੱਕ ਜੋਗੀ ਨਾਲ ਗੱਲ ਕਰਦਿਆਂ ਆਹ ਬਚਨ ਪੜ੍ਹਿਆ ਸੀ। ਬਾਬੇ ਅਮਰਦਾਸ ਮਹਾਰਾਜ ਗੁਰੂ ਅਮਰਦਾਸ ਨੂੰ ਇੱਕ ਜੋਗੀ ਪੁੱਛਦਾ ਕੰਨ ਪਾਟਾ ਵੀ ਸ਼ਾਂਤੀ ਕਿੱਥੋਂ ਆਈ ਅਤੇ ਗਰੀਬ ਨਿਵਾਜ ਨੇ ਆਖਿਆ ਸਾਚਾ ਨਾਮ ਮੇਰਾ ਆਧਾਰੋ ਤੁਹਾਡਾ ਆਸਰਾ ਹੈ ਸੁੱਖੇ ਦੀ ਪੁੜੀ। ਯੋਗੀ ਕੀ ਪੀਂਦੇ ਆ? ਸੁੱਖੇ ਪੀਂਦੇ, ਚਿਲਮਾ ਪੀਂਦੇ। ਤੁਹਾਡਾ ਆਸਰਾ ਤੁਹਾਨੂੰ ਐਂ ਲੱਗਦਾ ਵੀ ਸੁੱਖੇ ਦੀ ਪੁੜੀ ਵਿੱਚ ਸ਼ਾਂਤੀ ਹੈ, ਮਗਰ ਮੈਂ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਪੀ ਕੇ ਮੈਂ ਦੀਵਾਨਾ ਪਿਆ ਅਤੀਤ ਮੈਂ ਦੀਵਾਨਾ ਹੋ ਗਿਆ, ਮੈਂ ਬੇਪਰਵਾਹ ਹੋ ਗਿਆ ਤੇਰੇ ਡਰ ਦੀ ਭੰਗ ਪੀ ਕੇ। ਨਹੀਂ ਤੇਰੇ ਭਉ ਤੇਰਾ ਮੇਰੀ ਭੰਗ ਤੇਰਾ ਡਰ ਹੀ ਬਣ ਗਿਆ। ਪਤਾ ਲੱਗ ਗਿਆ ਜੀ ਤੇਰੇ ਕੋਲ ਡਰ ਕੇ ਰਹਿਣਾ ਹੀ ਮੇਰੀ ਭੰਗ ਬਣ ਗਿਆ। ਉਹਨਾਂ ਨੇ ਭੰਗ ਦਾ ਪਿਆਲਾ ਪੀਤਾ ਹੈ, ਆਖੋ ਵਾਹਿਗੁਰੂ ਕੀ ਜੀ ਭੰਗ ਦਾ ਘੰਟੇ ਦੋ ਘੰਟੇ ਬਾਅਦ ਫਿਰ ਉੱਤਰ ਗਿਆ, ਮਗਰ ਮੈਂ ਜਿਹੜਾ ਪੀਤਾ ਹੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਇਹ ਭੰਗ ਪੀ ਕੇ ਭੁੱਖ ਬੜੀ ਲੱਗਦੀ, ਜਿਹੜੇ ਲੋਕ ਭੰਗ ਪੀਂਦੇ ਨੇ ਨਾ ਉਹ ਦੱਸਦੇ ਵੀ ਅੱਠ ਅੱਠ ਨੌ ਨੌ ਪ੍ਰਸ਼ਾਦੇ ਛੱਕ ਜਾਂਦੇ, ਉਹਦੇ ਨਾਲ ਭੁੱਖ ਲੱਗਦੀ। ਆਖੋ ਵਾਹਿਗੁਰੂ। ਇੱਧਰ ਕਹਿੰਦਾ ਬਾਬਾ ਜਿਹੜੀ ਮੈਂ ਪੀਤੀ ਹੈ ਜਿੰਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ। ਫਿਰ ਬਾਬਾ ਜੋਗੀ ਨੂੰ ਬਾਹਾਂ ਖੜੀਆਂ ਕਰਕੇ ਰੰਗ ਵਿੱਚ ਅੜ ਕੇ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਕਹੇ ਨਾਨਕ ਸੁਣੋ ਸੰਤੋ ਸਾਚਾ ਨਾਮ। ਸੱਚੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਓ ਜੇ ਸ਼ਾਂਤੀ ਚਾਹੁੰਦੇ ਜੇ ਤਾਂ। ਜੇ ਸਾਡੇ ਹੀ ਅੰਦਰੋਂ ਵੀ ਅੱਗ ਚੋਂ ਨਿਕਲੇ ਜੈਸੀ ਅਗਨ, ਅੰਦਰ ਵੀ ਅੱਗ ਸੀ ਅਤੇ ਤੈਸੀ ਬਾਹਰ। ਜੇ ਮਾਇਆ ਦੀਆਂ ਭੱਠੀਆਂ 'ਚ ਸੜਨਾ ਚਾਹੁੰਦੇ ਜੇ ਤਾਂ ਮਾਇਆ ਨਾਲ ਲੱਗੇ ਰਹੋ, ਜੇ ਸ਼ਾਂਤੀ ਚਾਹੁੰਦੇ ਜੇ ਵੀ ਐਰਕਾਂ ਜ਼ਿੰਦਗੀ 'ਚ ਸ਼ਾਂਤੀ ਮਿਲ ਜੇ। ਮਾਇਆ ਮਾੜੀ ਨਹੀਂ, ਮਗਰ ਮਾਇਆ ਕਿੰਨੀ ਕੁ ਚਾਹੀਦੀ ਆ, ਇੱਕ ਲੱਕੜੀਆਂ ਦੀ ਅੱਗ ਆ ਜਿਹੜੀ ਬਾਲ ਕੇ ਠੰਡ ਲੱਗਦੀ ਨੂੰ ਹੱਥ ਸੇਕ ਲਈਦੇ ਆ ਅਤੇ ਰੋਟੀ ਪਕਾ ਲਈਦੀ। ਪਤਾ ਲੱਗ ਰਿਹਾ ਜੀ, ਥੱਕਤ ਨਹੀਂ ਗਏ, ਇੱਕ ਮਿੰਟ ਉੱਤੇ ਹੋ ਗਿਆ। ਆਖੋ ਵਾਹਿਗੁਰੂ। ਜਿਹੜੀਆਂ ਲੱਕੜੀਆਂ ਦੀ ਅੱਗ ਬਾਲ ਕੇ ਰੋਟੀ ਪਕਾ ਕੇ ਢਿੱਡ ਭਰ ਲਈਦਾ ਹੈ, ਠੰਡ ਲੱਗਦੀ ਹੋਵੇ ਤਾਂ ਹੱਥ, ਜਿੱਦਣ ਬਹੁਤੀ ਬਲ ਪੈਂਦੀ ਫਿਰ ਸਾਰੇ ਘਰ ਨੂੰ ਅੱਗ ਲਾ ਕੇ ਸਾੜ ਦਿੰਦੀ। ਬੰਦੇ ਆ ਬਹੁਤੀ ਮਾਇਆ ਦੇ ਵਿੱਚ ਨਾ ਵੜ ਜਾਈ, ਜਲ ਕੇ ਰਾਖ ਹੋ ਜਾਏਗਾ। ਰੱਬ ਦਾ ਨਾਮ ਜਪ ਉਹ ਇਹ ਬਾਗ ਬਾਹਰ ਅੱਜ ਹੁਕਮਨਾਮਾ ਦਿੱਤਾ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਸੁੱਖਾਂ ਦਾ ਦਾਤਾ ਵਾਹਿਗੁਰੂ ਦਾ ਨਾਮ ਹੈ।
ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ, ਧੀਓ ਜੇ ਕੱਲ੍ਹ ਤੱਕ ਅੰਮ੍ਰਿਤ ਵੇਲੇ ਨਹੀਂ ਉੱਠੀਆਂ ਤਾਂ ਕੱਲ੍ਹ ਤੋਂ ਉੱਠੋ, ਪੱਲੇ ਬੰਨ ਲਓ। ਪਿੱਛੇ ਕੀ ਕਰਦੀਆਂ ਹੁੰਦੀਆਂ ਇਹ ਮਾਈਆਂ, ਇਤਰਾਂ ਨਹੀਂ ਕਰਦੀਆਂ ਹੁੰਦੀਆਂ ਜਦੋਂ ਬਾਜ਼ਾਰ ਜਾਂਦੀਆਂ ਸੀ, ਕੀ ਕਿਉਂ ਮਾਰਦੀਆਂ ਸੀ? ਅੱਜ ਗੰਢ ਮਾਰ ਕੇ ਇਸ ਕੱਪੜੇ ਨੂੰ ਨਹੀਂ ਸੁਰਤ 'ਚ, ਵੀ ਮੈਂ ਗੁਰਦੁਆਰੇ ਸੁਣ ਕੇ ਆਈ ਹਾਂ ਵੀ ਮਿੱਠੀ ਆਗਿਆ ਫਿਰ ਕੀ ਲਾਗੀ, ਮੇਰੇ ਪਤੀ ਦੀ ਆਗਿਆ ਕੀ ਹੈ ਵੀ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਇਹਨੂੰ ਗੰਢ ਮਾਰ ਕੇ ਲੈ ਜਾਓ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਰੱਬ ਦਾ ਨਾਮ ਜਪੋ, ਬਾਣੀ ਨਾਲ ਜੁੜੋ, ਹੋਵੇ ਜਨਮ ਸੁਹੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।